हेलो स्टूडेंट्स आई एम अमिता लेक्चरर बायोलॉजी गवर्नमेंट सीनियर सेकेंडरी स्कूल महेंद्रगंज राजपुरा डिस्ट्रिक्ट पटियाला स्टूडेंट्स वेलकम यू ऑल इन टुडेज ऑनलाइन क्लास आज ਅਸੀਂ এনवायरमेंटल एजुकेशन सीरीज ਦੇ ਲੈਕਚਰ ਸਟਾਰਟ ਕਰ ਰਹੇ ਹਾਂ ਬਟ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਾਡਾ ਦੇਸ਼ ਸੰਸਾਰ ਪਰ ਦੇ ਸਾਰੇ ਦੇਸ਼ ਇੱਕ ਅੰਧਿਕ ਵਾਇਰਸ ਦੀ ਜਕੜ ਵਿੱਚ ਆਏ ਹੋਏ ਨੇ ਐਸ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ ਬਟ ਡੋਨਟ ਵਰੀ ਇਹ ਔਖੇ ਘੜੇ ਜਿਸ ਦੇ ਵਿੱਚ ਅਸੀਂ ਸਾਰੇ ਜਣੇ ਨਿਕਲ ਰਹੇ ਹਾਂ ਇਹ ਬਹੁਤ ਜਲਦੀ ਖਤਮ ਹੋ ਜਾਵੇਗੀ ਔਰ ਅਸੀਂ ਫੇਰ ਆਪਣੀ ਇੱਕ ਨਾਰਮਲ ਲਾਈਫ ਦੇ ਵਿੱਚ ਵਾਪਸ ਆ ਜਾਵਾਂਗੇ ਪਰ ਬੇਟੇ ਜਾਂਦੇ ਜਾਂਦੇ ਇਹ ਅੰਧਿਖ ਵਾਇਰਸ ਜਾਂ ਇਹ ਕੁਦਰਤੀ ਆਫਤ ਸਾਨੂੰ ਸੁਚੇਤ ਕਰਦੀ ਜਾ ਰਹੀ ਹੈ ਔਰ ਜਾਗਰੂਕ ਕਰ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਭਵਿੱਖ ਵਿੱਚ ਆਪਣੇ ਵਾਤਾਵਰਨ ਨੂੰ ਆਪਣੇ ਇਸ ਯੂਨੀਕ ਪਲੈਨਟ ਧਰਤੀ ਜਿਸ ਤੇ ਉੱਤੇ ਲਾਈਫ ਹੈ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਸਸਟੇਨ ਕਰਨਾ ਹੈ ਨੇਚਰ ਦੇ ਨਾਲ ਕਿਸ ਤਰ੍ਹਾਂ ਸੁਮੇਲ ਪੈਦਾ ਕਰਨਾ ਹੈ ਤਾਂ ਕਿ ਭਵਿੱਖ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੋਈ ਆਫਤ ਸਾਡੇ ਉੱਤੇ ਦੁਬਾਰਾ ਆਂਦੀ ਹੈ ਤਾਂ ਅਸੀਂ ਉਸ ਨਾਲ ਕਿਵੇਂ ਨਜਿੱਠਣਾ ਹੈ ਇਸ ਦੇ ਤਹਿਤ ਮੈਂ ਅੱਜ এনवायरमेंटਲ এডਿਕੇਸ਼ਨ ਕਲਾਸ 12th ਦੇ ਲੈਕਚਰਸ ਸਟਾਰਟ ਕਰ ਰਹੀ ਹਾਂ ਫਰਸਟ ਚੈਪਟਰ ਯੂਨਿਟ 1 ਦਾ ਫਰਸਟ ਚੈਪਟਰ ਜੈਵਿਕ ਵਿਭਿੰਨਤਾ ਪਾਰਟ 1 ਅੱਜ ਅਸੀਂ ਕਰਾਂਗੇ ਯੂਨਿਟ 1 ਦੇ ਵਿੱਚ ਤਿੰਨ ਲੈਸਨਸ ਨੇ ਜੈਵਿਕ ਵਿਭਿੰਨਤਾ ਭਾਗ 1 ਜੈਵਿਕ ਵਿਭਿੰਨਤਾ ਭਾਗ 2 ਜੈਵਿਕ ਵਿਭਿੰਨਤਾ ਭਾਗ 3 ਸੋ ਅੱਜੀ ਅਸੀਂ ਅੱਜ ਫਰਸਟ ਪਾਰਟ ਜਿਹੜਾ ਉਹ ਕਵਰ ਕਰਾਂਗੇ ਬੇਟੇ ਸਭ ਤੋਂ ਪਹਿਲਾਂ ਅਸੀਂ ਇੰਟਰੋਡਕਸ਼ਨ ਦੇਾਂਗੇ ਕਿ ਜੈਵਿਕ ਵਿਭਿੰਨਤਾ ਕੀ ਚੀਜ਼ ਹੈ ਜੈਵਿਕ ਵਿਭਿੰਨਤਾ ਕਿਸ ਨੂੰ ਕਹਿੰਦੇ ਹਨ ਤੁਸੀਂ ਆਪਣੇ ਆਲੇ ਦੁਆਲੇ ਕਈ ਤਰ੍ਹਾਂ ਦੇ ਜੀਵ ਜੰਤੂ ਦੇਖਦੇ ਹੋਮੋਗੇ ਪੌਦੇ ਦੇਖਦੇ ਹੋਮੋਗੇ ਸੂਖਮ ਜੀਵ ਜਿਹੜੇ ਕਿ ਮਾਈਕਰੋਸਕੋਪਿਕ ਨੇ ਅਸੀਂ ਦੇਖ ਨਹੀਂ ਸਕਦੇ ਲੇਕਿਨ ਉਹ ਵੀ ਇੰਨਾ ਪੌਦੇ ਔਰ ਜੰਤੂਆਂ ਦੇ ਨਾਲ ਇਸ ਪਲੈਨਟ ਦੇ ਉੱਤੇ ਐਗਜ਼ਿਸਟ ਕਰਦੇ ਨੇ ਸੋ ਇਹ ਸਾਰਿਆਂ ਨੂੰ ਮਿਲਾ ਕੇ ਕਿਸੇ ਵੀ ਖੇਤਰ ਵਿੱਚ ਜਾਂ ਪ੍ਰਸਥਿਤਿਕ ਪ੍ਰਬੰਧ ਵਿੱਚ ਪਾਏ ਜਾਣ ਵਾਲੇ ਸਾਰੇ ਪੌਦੇ ਜੰਤੂ ਅਤੇ ਸੂਖਮ ਜੀਵ ਇਹਨਾਂ ਨੂੰ ਮਿਲਾ ਕੇ ਅਸੀਂ ਜੈਵਿਕ ਵਿਭਿੰਨਤਾ ਨੂੰ ਡਿਫਾਈਨ ਕਰਦੇ ਹਾਂ ਜੈਵਿਕ ਵਿਭਿੰਨਤਾ ਵਰਡ ਲਵਸ ਪਹਿਲੀ ਵਾਰੀ வால்ਟਰ ਜੀ ਰੋਜ਼ਨ ਦੁਆਰਾ ਵਰਤਿਆ ਗਿਆ ਔਰ ਉਸ ਤੋਂ ਬਾਅਦ ਈ. ਓਬਿਲਸਨ ਨੇ ਇਸ ਨੂੰ ਫਿਰ ਉਪਯੋਗ ਵਿੱਚ ਲਿਆਂਦਾ ਔਰ ਉਸ ਤੋਂ ਬਾਅਦ ਪੂਰੇ ਜਗਤ ਦੇ ਵਿਗਿਆਨੀ ਔਰ ਜਿਹੜੇ ਕੁਦਰਤ ਪ੍ਰੇਮੀ ਸੀ ਉਹਨਾਂ ਨੂੰ ਜੈਵਿਕ ਵਿਭਿੰਨਤਾ ਦਾ ਜਿਹੜਾ ਸਿਧਾਂਤ ਹੈ ਉਹ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਐਸਦੀ ਸਾਮ ਸੰਭਾਲ ਦੇ ਬਾਰੇ ਅੱਜ ਪੂਰੀ ਦੁਨੀਆ ਹੈ ਜਿਹੜੀ ਉਹ ਵਿਚਾਰ ਅਧੀਨ ਹੈ। ਬਿਤੇ ਜੈਵਿਕ ਵਿਭਿੰਨਤਾ ਦੇ ਤਿੰਨ ਪੱਧਰ ਨੇ। ਸੰਸਾਰ ਭਰ ਦੇ ਪ੍ਰਸਥਿਤਿਕ ਵਿਗਿਆਨੀ ਨੇ ਜਿਹੜੇ ਉਹ ਜੈਵਿਕ ਵਿਭਿੰਨਤਾ ਦੀ ਸਾਮ ਸੰਭਾਲ ਸੰਬੰਧੀ ਜਿਹੜੇ ਬਹੁਤ ਜ਼ਿਆਦਾ ਤਿਆਰੀਆਂ ਕਰ ਰਹੇ ਨੇ। ਸੋ ਅਗਰ ਅਸੀਂ ਦੇਖੀਏ ਤਾਂ ਜੈਵਿਕ ਵਿਭਿੰਨਤਾ ਨੂੰ ਤਿੰਨ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਹੈ। ਜੀਨਾਂ ਸੰਬੰਧੀ ਵਿਭਿੰਨਤਾ ਜਾਤੀ ਵਿਚਲੀ ਵਿਭਿੰਨਤਾ ਔਰ ਪ੍ਰਸਥਿਤਿਕ ਪ੍ਰਬੰਧ ਵਿਚਲੀ ਵਿਭਿੰਨਤਾ ਅਸੀਂ তিনটা ਨੂੰ 1 ਬਾਈ ਵਾਈ 1 ਅ ਚਿਤਰਾ ਦੇ ਨਾਲ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਅਗਰ ਅਸੀਂ ਸੈੱਲ ਦੇ ਵਿਚਿੰਨਤਾ ਜਿੰਨਾ ਸੁਬੰਧੀ ਵਿਭਿੰਨਤਾ ਦੀ ਗੱਲ ਕਰੀਏ ਤਾਂ ਬਈ ਤੁਸੀਂ ਪੜਿਆ ਹੋਇਆ ਹੈ ਸਬਸਕ੍ਰੋਪ ਸੈੱਲ ਸੈੱਲ ਦੇ ਵਿੱਚ nucleus ਹੈ nucleus ਦੇ ਵਿੱਚ ਕਰੋਮੋਸੋਮਸ ਹੁੰਦੇ ਨੇ ਜਿਹੜੇ ਕਿ ਡੀਐਨਏ ਤੋਂ ਬਣੇ ਹੋਏ ਨੇ ਔਰ ਕਰੋਮੋਸੋਮ ਦੇ ਉੱਪਰ ਜੀਨਸ ਹੁੰਦੇ ਨੇ ਜਿਹੜੇ ਕਿ ਕੈਰੈਕਟਰਸ ਨੂੰ ਡਿਫਾਈਨ ਕਰਦੇ ਨੇ ਉਹਨਾਂ ਨੂੰ ਨਿਰਧਾਰਿਤ ਕਰਦੇ ਨੇ ਹੁਣ ਇੱਕ ಜಾਤੀ ਦੇ ਵਿੱਚ ਜੀਨ ਜਿਹੜੇ ਉਹ ਅਲੱਗ-ਅਲੱਗ ਹੋ ਸਕਦੇ ਨੇ ਸੈਕਲਰੀ ਕੋਈ ਜੀਨ ਆਰਗਨਿਜ਼ਮ ਦੇ ਲਈ ਉਹਨਾਂ ਦੇ ਵਿੱਚ ਜੀਨ ਜਿਹੜੇ ਨੇ ਉਹਨਾਂ ਦੀ ਅਗਲਾ ਬਦਲੀ ਹੋ ਜਾਂਦੀ ਹੈ ਇੱਕ ਹੀ ಜಾਤੀ ਦੇ ਵਿੱਚ ਮੁਕਿੰਟਾਵਾਂ ਦੇਖਣ ਨੂੰ ਮਿਲਦੀਆਂ ਨੇ अगर मैं थोनों समझाने की कोशिश करा तो, तो देख रहे हो शिमला मिर्च की असं एग्जाम्पल ला सकते हैं ग्रीन शिमला मिर्च असि आम घर वरतो शिमला मिर्च भी होंगी रैड शिमला मिर्च भी होंगी देखी होगी तो इस ही तो जाति ने लेकिन इन्हों के जीव अलग अलग होने करके दिख है जी अलग अलग है सुजैविक विभिन्नता है जोड़ी ਪਾਈ ਜਾਂਦੀ ਹੈ ਕਿਉਂ ਪਾਈ ਜਾਂਦੀ ਹੈ ਕਿਉਂਕਿ ਜੀਨਸ ਅਲੱਗ-ਅਲੱਗ ਨੇ ਇੱਕ ਜਾਤੀ ਦੇ ਵਿੱਚ ਵੀ ਇਹ ਵਿਭਿੰਨਤਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੁਸੀਂ ਡੌਗ ਦੀ ਐਗਜ਼ਾਮਪਲ ਲੈ ਲਓ ਅਸੀਂ ਕਈ ਵੈਰਾਈਟੀ ਦੇ ਡੌਗਸ ਦੇਖਦੇ ਆ ਕੋਈ ਬਲੈਕ ਕਲਰ ਦਾ ਹੈ ਕੋਈ ਬਰਾਊਨ ਕਲਰ ਦਾ ਹੈ ਕੋਈ ਸ਼ਾਰਟ ਹਾਈਟ ਹੈ ਕੋਈ ਬਹੁਤ ਜਿਹੜਾ ਹੈ ਲੌਂਗ ਸਾਈਜ਼ ਦਾ ਵੀ ਡੌਗ ਹੈ ਜਿਹੜਾ ਹੈ ਸੋ ਇਹ ਐਨੀ ਵੈਰਾਈਟੀ ਕਿਉਂ ਹੈ ਕਿਉਂਕਿ ਉਹਨਾਂ ਦੇ ਜੀਨਸ ਨੇ ਜਿਹੜੇ ਉਹ ਕਿਨੇ ਡਿਫਰੈਂਟ ਨੇ ਲੇਕਿਨ ਜਾਤੀ ਕੀ ਹੈ 2 ਸੋ ਜੀਨਾਂ ਸਬੰਧੀ ਵਿਭਿੰਨਤਾ ਹੈ ਜਿਹੜੀ ਉਹ ਜੀਨਸ ਕਰਕੇ ਹੁੰਦੀ ਹੈ ਔਰ ਇਹ ਵਾਤਾਵਰਨ ਦੇ ਵਿੱਚ ਆਰਗਨਿਜ਼ਮਸ ਨੂੰ ਅਨੁਕੂਲ ਬਣਾਉਣ ਦੇ ਵਿੱਚ ਬਹੁਤ ਮਦਦ ਕਰਦੀ ਹੈ ਇਸ ਤਰ੍ਹਾਂ ਦੀ ਵਿਭਿੰਨਤਾ ਜਾਤੀਆਂ ਵਿਚਲੀ ਵਿਭਿੰਨਤਾ ਜਾਤੀਆਂ ਵਿਚਲੀ ਵਿਭਿੰਨਤਾ ਤੋਂ ਭਾਵ ਹੈ ਕਿ ਕਿਸੇ ਖੇਤਰ ਵਿੱਚ ਮੌਜੂਦ ਪੌਦਿਆਂ ਅਤੇ ਜੰਤੂਆਂ ਵਿਚਲੀ ਜਾਤੀਆਂ ਦੀ ਗਿਣਤੀ ਕਿ ਕਿੰਨੇ ਤਰ੍ਹਾਂ ਦੀਆਂ ਜਾਤੀਆਂ ਨੇ ਜਿਹੜੀਆਂ ਧਰਤੀ ਦੇ ਉੱਤੇ ਯਾ ਸਿੱਕ ਛੋਟੇ ਜਿਹੇ ਖੇਤਰ ਦੀ ਗੱਲ ਕਰੀਏ ਤਾਂ ਕਿੰਨੀਆਂ ਜਾਤੀਆਂ ਉੱਥੇ ਪਾਈਆਂ ਜਾਂਦੀਆਂ ਕਿੰਨੇ ਤਰ੍ਹਾਂ ਦੇ ਪੌਦੇ ਨੇ ਅਲੱਗ-ਅਲੱਗ ਕਿੰਨੇ ਤਰ੍ਹਾਂ ਦੇ ਜੰਤੂ ਨੇ ਪਾਣੀ ਵਿੱਚ ਰਹਿਣ ਵਾਲੇ ਕਿੰਨੇ ਤਰ੍ਹਾਂ ਦੇ ਜੰਤੂ ਨੇ ਸੋ ਇਸ ਨੂੰ ਅਸੀਂ ਕਹਾਂਗੇ ਜਾਤੀ ਵਿਪਿੰਤਾ ਅਗਰ ਅਸੀਂ ਆਪਣੇ ਪਲੈਨਟ ਦੀ ਗੱਲ ਕਰੀਏ ਧਰਤੀ ਦੀ ਗੱਲ ਕਰੀਏ ਤਾਂ ਬੇਟੇ ਬੁੱਕ ਦੇ ਵਿੱਚ ਵੀ ਆંકੜਾ ਦਿੱਤਾ ਹੋਇਆ ਹੈ ਕਿ 5000 ਤਰ੍ਹਾਂ ਦੇ ਵਿਸ਼ਾਨੂ ਪਾਏ ਜਾਂਦੇ ਨੇ 4700 ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜੀਵਾਨੂ ਪਾਏ ਜਾਂਦੇ ਨੇ 16000 ਤਰ੍ਹਾਂ ਦੇ ਬ੍ਰਾਇਓਫਾਈਟਸ ਪਾਏ ਜਾਂਦੇ ਨੇ 13000 ਤਰ੍ਹਾਂ ਦੇ ਟ੍ਰੀਟੋਫਾਈਟਸ ਪਾਏ ਜਾਂਦੇ ਨੇ ਔਰ 5000 ਤੋਂ ਵੱਧ ਨਿਜੜੇ ਉਹ ਜਲੀਥਲੀ ਜੀਵ ਪਾਏ ਜਾਂਦੇ ਨੇ ਪੰਛੀ ਨੇ ਜਿਹੜੇ 10000 ਤੋਂ ਵੱਧ ਜਾਂਦੀਆਂ ਨੇ ਜੜੀਆਂ ਪੰਛੀਆਂ ਦੀਆਂ ਨੇ ਥਨ ਧਾਰੀ ਮੈਮਲਸ 46 ਤੋਂ ਵੱਧ ਮੈਮਲਸ ਨੇ ਜਿਹੜੇ ਇਸ ਧਰਤੀ ਦੇ ਉੱਤੇ ਪਾਏ ਜਾਂਦੇ ਨੇ ਇਹ ਕੋਈ ਐਗਜ਼ੈਕਟ ਆંકੜਾ ਨਹੀਂ ਹੈ ਬੇਟੇ ਐਸਟੀਮੇਟਿਡ ਵੈਲਿਊ ਹੈ ਸੋ ਇਹਦੇ ਤੋਂ ਵੱਧ ਘੱਟ ਵੀ ਹੋ ਸਕਦਾ ਹੈ ਸੋ ਇਹ ਕੀ ਹੈ ਜਾਤੀ ਵਿਪਿੰਤਾ ਸੋ ਬਟੇ ਅਸੀਂ ਕਿਵੇਂ ਕੈਲਕੂਲੇਟ ਕਰਾਂਗੇ ਕਿ ਇਸ ਏਰੀਏ ਦੇ ਵਿੱਚ ਜਿਹੜੀ ਹੈ ਇੰਨੀਆਂ ਜਾਤੀਆਂ ਨੇ ਇਸ ਏਰੀਏ ਦੇ ਵਿੱਚ ਘਟ ਜਾਤੀਆਂ ਨੇ ਸੋ ਜਾਤੀ ਵਿਪਿੰਤਾ ਨੂੰ ਜਿੱਥੇ ਤੱਕ ਮਾਪਨ ਦਾ ਸਵਾਲ ਹੈ ਤਾਂ ਅਸੀਂ ਕੀ ਡਿਫਾਈਨ ਕਰ ਸਕਦੇ ਹਾਂ ਕਿ ਕਿਸੇ ਪ੍ਰਤੀ ਇਕਾਈ ਖੇਤਰ ਵਿੱਚ ਜਾਤੀਆਂ ਦੀ ਗਿਣਤੀ ਨੂੰ ਸਪੀਸੀਜ਼ ਰਿਚਨੈਸ ਕੇ ਅੰਦਰ ਜਿਉਂ-ਜਿਉਂ ਖੇਤਰ ਵਧੇਗਾ ਉਵੇਂ-ਉਵੇਂ ਸਪੀਸੀਜ਼ ਰਿਚਨੈਸ ਹੈ ਜੜਿਓ ਵੱਧਦੀ ਜਾਏਗੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲੇ ਖੇਤਰ ਦੇ ਵਿੱਚ ਚਾਰ ਤਰ੍ਹਾਂ ਦੇ ਪੌਦੇ ਗਰੋ ਕਰ ਰਹੇ ਨੇ ਅਸੀਂ A ਵੀਰਾਈਟੀ C ਵੀਰਾਈਟੀ D ਵੀਰਾਈਟੀ ਔਰ ਤੁਸੀਂ ਦੇਖ ਸਕਦੇ ਹੋ ਕਿ ਚਾਰੋਂ ਨੇ ਜਿਹੜੇ ਇਕੁਅਲ ਜਿਹੜੇ ਹੈਗੇ ਨੇ ਨੰਬਰ ਦੇ ਵਿੱਚ ਗਰੋ ਕਰ ਰਹੇ ਨੇ A ਦੀ ਵੀ 25% ਹੈ B ਦੀ ਵੀ 25% ਹੈ ਐਂਡ ਸੋ ਓਨ ਸਪੀਸੀਜ਼ ਰਿਚਨੈਸ ਲੇਕਿਨ ਅਗਰ ਅਸੀਂ ਗੱਲ ਕਰੀਏ ਦੂਸਰੇ ਖੇਤਰ ਦੇ ਵਿੱਚ ਦੂਸਰੇ ਖੇਤਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਵੈਰਾਈਟੀ ਹੈ ਪੌਦਿਆਂ ਦੀ ਉਹ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ ਯਾਨੀ ਕਿ ਇਹ ਦੀ ਸਪੀਸੀਜ਼ ਰਿਚਨੈਸ ਕੀ ਹੈ ਜ਼ਿਆਦਾ ਹੈ ਐਸ ਕੰਪੇਅਰ ਟੂ ਬੀ ਐਂਡ ਸੀ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਸਪੀਸੀਜ਼ ਰਿਚਨੈਸ ਨੂੰ ਕਾਊਂਟ ਕਰ ਸਕਦੇ ਹਾਂ ਠੀਕ ਹੈ ਸੋ ਸਮਝ ਆ ਗਿਆ ਹੋਵੇਗਾ ਤੁਹਾਨੂੰ ਸਪੀਸੀਜ਼ ਰਿਚਨੈਸ ਪ੍ਰਸਥਿਤਿਕ ਪ੍ਰਬੰਧਾਂ ਵਿਚਲੀ ਵਿਭਿੰਨਤਾ ਆਓ ਹੁਣ ਅਸੀਂ ਗੱਲ ਕਰਦੇ ਹਾਂ ਕਿ ਪ੍ਰਸਥਿਤਿਕ ਪ੍ਰਬੰਧ ਵੀ ਕਿੰਨੇ ਤਰ੍ਹਾਂ ਦੇ ਨੇ ਪਿੰਨ-ਪਿੰਤਰਾਂ ਦੇ ਪ੍ਰਸਥਿਤਿਕ ਪ੍ਰਬੰਧ ਅਸਰਤੀ ਦੇ ਉੱਤੇ ਮਿਲਦੇ ਨੇ ਹੁਣ ਪ੍ਰਸਥਿਤਿਕ ਪ੍ਰਬੰਧ ਕੀ ਨੇ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਸੋ ਅਸੀਂ ਛੋਟੀਆਂ ਕਲਾਸਾਂਸ ਦੇ ਵਿੱਚ ਵੀ ਪੜ ਚੁੱਕੇ ਹਾਂ ਬੇਟੇ ਪ੍ਰਸਥਿਤਿਕ ਪ੍ਰਬੰਧ ਦੀ ਪਰਿਭਾਸ਼ਾ ਕਿ ਲਿਵਿੰਗ ਆਰਗਨਿਜ਼ਮ ਜਾਂ ਇੱਕ ਸਮੁਦਾਇ ਤੇ ਉਸ ਦਾ ਵਾਤਾਵਰਣ ਜਿਸ ਦੇ ਨਾਲ ਉਹ ਅੰਤਰ ਕਿਰਿਆ ਕਰਦਾ ਉਸ ਨੂੰ ਅਸੀਂ ਕਹਿੰਦੇ ਆ ਪ੍ਰਸਥਿਤਿਕ ਪ੍ਰਬੰਧ ਔਰ ਧਰਤੀ ਦੇ ਉੱਤੇ ਕਈ ਤਰ੍ਹਾਂ ਦੇ ਪ੍ਰਸਥਿਤਿਕ ਪ੍ਰਬੰਧ ਪਾਏ ਜਾਂਦੇ ਨੇ ਜਿਸ ਤਰ੍ਹਾਂ ਦੇ ਮੈਨ ਗਰੂਪਸ ਦਲਦਲੀਆਂ ਥਾਵਾਂ ਨੇ ਉਹਨਾਂ ਦੇ ਵਿੱਚ ਰਹਿਣ ਉੱਗਣ ਵਾਲੇ ਪੌਦੇ ਉੱਥੇ ਰਹਿਣ ਵਾਲੇ ਜੀਵ ਜੰਤੂ ਉਹ ਅਲੱਗ-ਅਲੱਗ ਹੋਣਗੇ ਪਾਣੀ ਇੱਕ ਤਰ੍ਹਾਂ ਜਿਹੜਾ ਐਕੁਆਟਿਕ ਹੈ ਖੇਤਰ ਉੱਥੇ ਪ੍ਰਸਥਿਤਿਕ ਪ੍ਰਬੰਧ ਅਲੱਗ ਤਰ੍ਹਾਂ ਦਾ ਹੈ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜੰਗਲ ਇੱਕ ਤਰ੍ਹਾਂ ਦਾ ਪ੍ਰਸਥਿਤਿਕ ਪ੍ਰਬੰਧ ਹੈ ਠੀਕ ਹੈ ਸਮੁੰਦਰ ਇੱਕ ਅਲੱਗ ਤਰ੍ਹਾਂ ਦਾ ਪ੍ਰਸਥਿਤਿਕ ਪ੍ਰਬੰਧ ਹੈ ਕਿਉਂਕਿ ਸਮੁੰਦਰ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਨੇ ਜਿਹੜੇ ਓ ਘਾਹ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਤੋਂ ਬਿਲਕੁਲ ਅਲੱਗ ਨੇ ਉਹਨਾਂ ਦਾ ਹਾਲਾਤ ਉਹਲਾ ਬਿਲਕੁਲ ਅਲੱਗ ਹੈ ਸੋ ਸਮੁੰਦਰ ਦਾ ਪ੍ਰਸਥਿਤਿਕ ਪ੍ਰਬੰਧ ਹੈ ਏ ਘਾਹ ਦੇ ਮੈਦਾਨ ਨੇ ਘਾਹ ਦੇ ਮੈਦਾਨ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਸਥਿਤਿਕ ਪ੍ਰਬੰਧ ਹੈ ਸੋ ਅਗਰ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਬੇਟੇ ਅਸੀਂ ਬਹੁਤ ਲੱਗਤੀਆਂ ਕਿ ਭਾਰਤ ਦੇ ਵਿੱਚ ਬਹੁਤ ਤਰ੍ਹਾਂ ਦੇ ਪ੍ਰਸਥਿਤਿਕ ਪ੍ਰਬੰਧ ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਔਰ ਕਾਫੀ ਮਾਤਰਾ ਦੇ ਵਿੱਚ ਕਾਫੀ ਵੱਡੇ ਵੱਡੇ ਪ੍ਰਸਥਿਤਿਕ ਪ੍ਰਬੰਧ ਨੇ ਜਿੰਨਾ ਜਿਹੜੇ ਭਾਰਤ ਦੇ ਵਿੱਚ ਪਾਏ ਜਾਂਦੇ ਨੇ ਚਲੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਕੁਦਰਤ ਦੇ ਵਿੱਚ ਸੰਤੁਲਨ ਕਿਵੇਂ ਕਾਇਮ ਕੀਤਾ ਜਾਵੇ ਪ੍ਰਸਥਿਤਿਕ ਪ੍ਰਬੰਧ ਦੇ ਵਿੱਚ ਅਸੀਂ ਦੇਖਿਆ ਕਿ ਆਪਸ ਦੇ ਵਿੱਚ ਲਿਵਿੰਗ ਆਰਗਨਿਜ਼ਮਸ ਆਪਣੇ ਆਲੇ ਦੁਆਲੇ ਦੇ ਨਾਲ ਅੰਤਰ ਕਿਰਿਆ ਕਰਦੇ ਨੇ ਕਿ ਇੱਕ ਪ੍ਰਸਥਿਤਿਕ ਪ੍ਰਬੰਧ ਆਪਣਾ ਸੰਤੁਲਨ ਕਿਵੇਂ ਕਾਇਮ ਰੱਖ ਸਕਦਾ ਕਿ ਉਹਨਾਂ ਦਾ ਸਾਰੇ ਅੰਤਰ ਕਿਰਿਆ ਹੈ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਚਲਦੀ ਰਹੇ ਲੇਕਿਨ ਐਸਾ ਹੋ ਨਹੀਂ ਪਾਂਦਾ ਕਿਉਂਕਿ ਬਹੁਤ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਨੇ ਬਾਹਰੀ ਤਾਕਤਾਂ ਨੇ ਅੰਦਰੂਨੀ ਤਾਕਤਾਂ ਨੇ ਅਸੀਂ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਤਾਕਤਾਂ ਨੇ ਉਹ ਪ੍ਰਸਥਿਤਿਕ ਪ੍ਰਬੰਧ ਦੇ ਸੰਤੁਲਨ ਨੂੰ ਵਿਗਾੜ ਸਕਦੀਆਂ ਨੇ ਸੋ ਅਸੀਂ ਦੇਖਦੇ ਹਾਂ ਹੁਣ ਬਾਹਰੀ ਤਾਕਤਾਂ ਬਾਹਰੀ ਤਾਕਤਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੜ੍ਹ ਵੀ ਆ ਸਕਦੇ ਨੇ ਠੀਕ ਹੈ ਅੱਗ ਵੀ ਲੱਗ ਸਕਦੀ ਹੈ ਜੰਗਲਾਂ ਦੇ ਵਿੱਚ ਟਿੱਡੀ ਦਲ ਰੀਸੈਂਟ ਤੁਸੀਂ ਹੁਣ ਦੇਖਿਆ ਕਿ ਟਿੱਡੀ ਦਲ ਨੇ ਬਹੁਤ ਦੇਸ਼ਾਂ ਦੇ ਉੱਪਰ ਅਟੈਕ ਕੀਤਾ ਹੈ ਫਸਲਾਂ ਖਰਾਬ ਕੀਤੀਆਂ ਨੇ ਘਾਹ ਦੇ ਮੈਦਾਨ ਪ੍ਰਸਥਿਤਿਕ ਪ੍ਰਬੰਧ ਨੇ ਜਿਹੜੇ ਉਹ ਖਰਾਬ ਹੋਏ ਨੇ ਇਹ ਕੀ ਨੇ ਬਟੇ ਇਹ ਹੈਗੀਆਂ ਨੇ ਬਾਹਰੀ ਤਾਕਤਾਂ ਜਿਹੜੀਆਂ ਕਿ ਪ੍ਰਸਥਿਤਿਕ ਪ੍ਰਬੰਧ ਦੇ ਸੰਤੁਲਨ ਨੂੰ ਵਿਗਾੜ ਸਕਦੀਆਂ ਨੇ ਅੰਦਰੂਨੀ ਤਾਕਤਾਂ ਹੁਣ ਅੰਦਰੂਨੀ ਤਾਕਤਾਂ ਦੇ ਵਿੱਚ ਸਾਨੂੰ ਪਤਾ ਹੈ ਕਿ ਪੁਚਾਲ ਆ ਸਕਦੇ ਨੇ ਪੁਚਾਲ ਕਿਵੇਂ ਆਉਂਦੇ ਨੇ ਅਸੀਂ ਜੀਓਗ੍ਰਾਫੀ ਦੇ ਵਿੱਚ ਪੜਿਆ ਹੋਇਆ ਹੈ ਕਿ ਜਿਹੜੇ ਹੈਗੇ ਨੇ ਅੰਦਰ ਧਰਤੀ ਦੇ ਅੰਦਰ ਊਨੀ ਪਲੇਟਾਂ ਨੇ ਉਹ ਦਬਾਅ ਦੇ ਹੇਠ ਖਿਸਕਦੀਆਂ ਨੇ ਖਿਸਕਣ ਦੇ ਨਾਲ ਧਰਤੀ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਨੇ ਔਰ ਉਹ ਦਬਾਅ ਉੱਪਰ ਤੱਕ ਜਦੋਂ ਆਂਦਾ ਹੈ ਤਾਂ ਫਿਰ ਪੁਚਾਲ ਆਂਦੇ ਨੇ ਬੋਲਕੇਨੋ ਆ ਸਕਦੇ ਨੇ ਆਸ-ਪਾਸ ਦੇ ਜੀਵ ਜੰਤੂ ਪੌਦੇ ਤਬਾਹ ਹੋ ਸਕਦੇ ਨੇ ਕੁਦਰਤ ਦਾ ਸੰਤੁਲਨ ਜੜਾਓ ਵਿਗੜ ਗਿਆ ਸਵੈਸ ਤਰੀਕੇ ਦੇ ਨਾਲ ਅੰਦਰੂਨੀ ਤਾਕਤਾਂ ਔਰ ਕੁਦਰਤੀ ਜਿਹੜੀਆਂ ਬਾਹਰੀ ਤਾਕਤਾਂ ਨੇ ਕੁਦਰਤ ਦੇ ਸੰਤੁਲਨ ਨੂੰ ਬਿਗਾੜ ਸਕਦੀਆਂ ਨੇ ਉਹ ਕੁਐਸਚਨ ਇਹ ਹੈ ਬਟੇ ਕਿ ਫਿਰ ਐਸ ਸੰਤੁਲਨ ਨੂੰ ਕਿਵੇਂ ਮੇਨਟੇਨ ਕੀਤਾ ਜਾਏ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਬੈਸਟ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਕਿ ਸਪੋਜ਼ ਇੱਕ ਜੁਆਇੰਟ ਫੈਮਿਲੀ ਹੈ ਉਹਦੇ ਵਿੱਚ 20-25 ਲੋਕ ਇਕੱਠੇ ਰਹਿੰਦੇ ਨੇ ਗ੍ਰੈਂਡਪੇਰੈਂਟਸ ਨੇ ਅੰਕਲ ਆਂਟੀ ਨੇ ਵੱਡੇ ਅੰਕਲ ਆਂਟੀ ਨੇ ਠੀਕ ਹੈ ਕਜ਼ਨ ਬ੍ਰਦਰ ਸਿਸਟਰਸ ਨੇ ਸਾਰੇ ਬਹੁਤ ਆਰਾਮ ਨਾਲ ਰਹ ਰਹੇ ਨੇ ਹਰੇਕ ਨੇ ਆਪਣਾ ਆਪਣਾ ਕੰਮ ਡਿਵਾਈਡ ਕੀਤਾ ਹੋਇਆ ਸਪੋਜ਼ ਉਹਨਾਂ ਦੇ ਵਿੱਚੋਂ ਦੋ ਜਾਂ ਤਿੰਨ ਜਣਿਆਂ ਨੂੰ ਕਿਤੇ ਬਾਹਰ ਆ ਜਾਣਾ ਪੈ ਰਿਹਾ ਉਹ ਬਾਹਰ ਚਲੇ ਜਾਂਦੇ ਨੇ ਉਹਨਾਂ ਦੇ ਹਿੱਸੇ ਦਾ ਜਿਹੜਾ ਕੰਮ ਹੈ ਬਾਕੀ ਘਰ ਦੇ ਰਹਿੰਦੇ ਮੈਂਬਰ ਨੇ ਜਿਹੜੇ ਉਹ ਡਿਵਾਈਡ ਕਰ ਲੈਂਦੇ ਨੇ ਬਹੁਤ ਥੋੜਾ ਥੋੜਾ ਕੰਮ ਉਹਨਾਂ ਦੇ ਹਿੱਸੇ ਵਿੱਚ ਆਂਦਾ ਹੈ ਕਿਉਂਕਿ ਬਹੁਤ ਜ਼ਿਆਦਾ ਮੈਂਬਰਸ ਨੇ ਸੋ ਉਹਨਾਂ ਨੂੰ ਫੀਲ ਨਹੀਂ ਹੁੰਦਾ ਉਸ ਫੈਮਿਲੀ ਦਾ ਪੂਰਾ ਬੈਲੈਂਸ ਬਣਿਆ ਰਹਿੰਦਾ ਹੈ ਲੇਕਿਨ ਸਪੋਜ਼ ਇਹਦੇ ਕੰਟਰਾਸਟ ਅਸੀਂ ਅਗਲ ਗੱਲ ਕਰੀਏ ਤਾਂ ਇੱਕ ਨਿਊਕਲੀਅਰ ਫੈਮਿਲੀ ਹੈ ਚਾਰ ਹੀ ਲੋਕ ਨੇ ਉਹਦੇ ਵਿੱਚ ਔਰ ਸਪੋਜ਼ੋ ਦੇ ਵਿੱਚੋਂ ਮਦਰ ਹੈ ਜਿਹੜੀ ਉਹ ਕੁਝ ਦਿਨਾਂ ਵਾਸਤੇ ਘਰ ਤੋਂ ਬਾਹਰ ਜਾ ਰਹੀ ਹੈ ਹੁਣ ਮਦਰ ਦੇ ਹਿੱਸੇ ਦਾ ਕੰਮ ਤਾਂ ਬੇਟੇ ਬਹੁਤ ਮੁਸ਼ਕਿਲ ਆ ਕਰਨਾ ਜੋ ਮਦਰ ਇੱਕ ਕੰਮ ਕਰਦੀ ਹੈ ਘਰ ਦੇ ਵਿੱਚ ਉਹਨਾ ਕੰਮ ਕੋਈ ਵੀ ਨਹੀਂ ਕਰ ਸਕਦਾ ਸੋ ਘਰ ਦੇ ਵਿੱਚ ਇੰਬੈਲੈਂਸ ਹੋ ਜਾਂਦਾ ਕਿਸੇ ਨੂੰ ਖਾਣਾ ਬਣਾਉਣਾ ਨਹੀਂ ਆ ਰਿਹਾ ਕਿਸੇ ਨੂੰ ਕੋਈ ਕੰਮ ਨਹੀਂ ਆ ਰਿਹਾ ਔਰ ਮਦਰ ਦੀ ਯਾਦ ਆ ਰਹੀ ਹੈ ਠੀਕ ਹੈ ਨਾ ਸੋ ਐਸੇ ਤਰ੍ਹਾਂ ਅਗਰ ਜੈਵਿਕ ਵਿਭਿੰਨਤਾ ਬਹੁਤ ਜ਼ਿਆਦਾ ਹੈ ਤਾਂ ਉੱਥੇ ਕੁਦਰਤੀ ਆਫਤਾਂ ਜਾਂ ਬਾਹਰੀ ਕਾਰਕ ਜਾਂ ਅੰਦਰੂਨੀ ਕਾਰਕ ਨੇ ਉਹ ਇਫੈਕਟ ਤਾਂ ਕਰਨਗੇ ਲੇਕਿਨ ਉਹ ਫੇਰ ਰੀਸਟੋਰ ਹੋ ਜਾਏਗੀ ਲਾਈਫ ਉੱਥੇ ਲੇਕਿਨ ਅਗਰ ਜੈਵਿਕ ਵਿਭਿੰਨਤਾ ਘੱਟ ਹੈ ਤਾਂ ਫੇਰ ਉੱਥੇ ਦੁਬਾਰਾ ਤੋਂ ਲਾਈਫ ਹੈ ਜਿਹੜੀ ਉਹ ਮੁਸ਼ਕਿਲ ਹੋ ਸਕਦੀ ਹੈ ਸੋ ਐਸ ਤਰ੍ਹਾਂ ਦੇ ਨਾਲ ਜੈਵਿਕ ਵਿਭਿੰਨਤਾ ਕੁਦਰਤ ਦੇ ਵਿੱਚ ਸੰਤੁਲਨ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਹੈ ਜੈਵਿਕ ਵਿਭਿੰਨਤਾ ਦੀਆਂ ਕਦਰਾਂ ਕੀਮਤਾਂ ਆਓ ਅਸੀਂ ਦੇਖਦੇ ਹਾਂ ਕਿ ਜੈਵਿਕ ਵਿਭਿੰਨਤਾ ਦੇ ਸਾਨੂੰ ਕੀ ਕੀ ਫਾਇਦੇ ਨੇ ਇਹ ਦੇ ਕੀ ਕੀ ਬੈਨੀਫਿਟਸ ਨੇ ਕੀ ਕੀ ਵੈਲਿਊਜ਼ ਨੇ ਸਾਡੀ ਲਾਈਫ ਦੇ ਵਿੱਚ ਸੋ ਜੈਵਿਕ ਵਿਭਿੰਨਤਾ ਬੇਟੇ ਇੱਕ ਬਹੁਤ ਉੱਚ ਕੀਮਤੀ ਵਸਤੂ ਹੈ ਐਸ ਦਾ ਕੋਈ ਮੋਲ ਹੀ ਨਹੀਂ ਹੈ ਕੋਈ ਮੁੱਲ ਹੀ ਨਹੀਂ ਹੈ ਪ੍ਰਸਥਿਤਿਕ ਫਾਇਦੇ ਨੇ ਸਾਨੂੰ ਸਾਨੂੰ ਅਨੁਮਨਸ਼ਕੀ ਲਾਭ ਨੇ ਆਰਥਿਕ ਲਾਭ ਨੇ ਵਿਗਿਆਨਿਕ ਲਾਭ ਨੇ ਸਮਾਜਿਕ ਸੱਭਿਆਚਾਰਕ ਫਾਇਦੇ ਨੇ ਮਨਪੁਰ ਚਾਵੇ ਸੋਹਜ ਪੱਖੋਂ ਬਹੁਤ ਹੀ ਜੜੀ ਜੈਵਿਕ ਵਿਪਿੰਤਾ ਸਾਡੇ ਲਈ ਲਾਭਦਾਇਕ ਹੈ ਆਓ ਅਸੀਂ ਦੇਖਦੇ ਹਾਂ ਕੀ ਕੀ ਫਾਇਦੇ ਨੇ ਅਗਰ ਅਸੀਂ ਪ੍ਰਸਥਿਤਿਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਤਾਂ ਅਸੀਂ ਪਹਿਲਾਂ ਹੀ ਕਿਹਾ ਕਿ ਜੈਵਿਕ ਵਿਪਿੰਤਾ ਪ੍ਰਸਥਿਤਿਕ ਪ੍ਰਬੰਧ ਦੇ ਵਿੱਚ ਸੰਤੁਲਨ ਕਾਇਮ ਕਰਕੇ ਰੱਖਦੀ ਹੈ ਇਸ ਤੋਂ ਇਲਾਵਾ ਸਾਡੇ ਜਿੰਦੇ ਰਹਿਣ ਲਈ ਸਾਨੂੰ ਕੀ ਚਾਹੀਦੀ ਹੈ ਆਕਸੀਜਨ ਚਾਹੀਦੀ ਹੈ ਠੀਕ ਹੈ ਕਾਰਬਨ ਡਾਈਆਕਸਾਈਡ ਘੱਟ ਹੋਣੀ ਚਾਹੀਦੀ ਨਹੀਂ ਤਾਂ ਗਲੋਬਲ ਵਾਰਮਿੰਗ ਹੋ ਜਾਏਗੀ ਜਾਲ ਚੱਕਰ ਬਣਿਆ ਰਹਿਣਾ ਚਾਹੀਦਾ ਹੈ ਮਿੱਟੀ ਨੂੰ ਬਚਾ ਕੇ ਰੱਖਦੀ ਹੈ ਤਾਂ ਹੀ ਪੌਦੇ ਗਰੋਅ ਕਰਨਗੇ ਸੋ ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਜਿਹੜੀਆਂ ਇੱਕ ਬੇਸਿਕ ਜਿਹੜੀਆਂ ਚੀਜ਼ਾਂ ਸਾਨੂੰ ਜਿੰਦੇ ਰਹਿਣ ਲਈ ਚਾਹੀਦੀਆਂ ਨੇ ਪ੍ਰਸਤਿਤਿਕ ਪ੍ਰਬੰਧ ਦੇ ਸਮੁਦਾਏ ਦੇ ਵਿੱਚ ਉਹ ਸਾਨੂੰ ਕੌਣ ਪ੍ਰੋਵਾਈਡ ਕਰਦਾ ਹੈ ਜੈਵਿਕ ਵਿਭਿੰਨਤਾ ਦੇ ਥਰੂ ਇਹ ਚੀਜ਼ਾਂ ਸਾਨੂੰ ਮਿਲਦੀਆਂ ਨੇ ਤੁਸੀਂ ਦੇਖ ਰਹੇ ਹੋ ਜਾਲ ਚੱਕਰ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਪੌਦਿਆਂ ਦੇ ਵਿੱਚ ਫੋਟੋਸਿੰਥਸਿਸ ਹੋ ਰਹੀ ਹੈ ਕਾਰਬਨ ਡਾਈਆਕਸਾਈਡ ਗ੍ਰਹਿਣ ਕਰ ਰਹੇ ਨੇ ਔਰ ਆਕਸੀਜਨ ਜਿਹੜੀ ਉਹ ਬਾਹਰ ਛੱਡ ਰਹੇ ਨੇ ਜੀਵ ਜੰਤੂਆਂ ਦੇ ਸਾਹ ਲੈਣ ਲਈ ਸੋ ਇਹ ਪ੍ਰਸਥਿਤਿਕ ਕਦਰਾਂਕਿੰਤਾ ਨੇ ਅਨੁਵੰਸ਼ਿਕ ਕਦਰਾਂਕਿੰਤਾ ਅਨੁਵੰਸ਼ਕੀ ਤੋਂ ਭਾਵ ਹੈ ਜੀਨਸ ਜੈਨੇਟਿਕ ਵੈਲਿਊਜ਼ ਜਿਹੜੇ ਸਾਇੰਟਿਸਟਸ ਨੇ ਉਹਨਾਂ ਵਾਸਤੇ ਜਿਹੜੀ ਹੈ ਜੈਵਿਕ ਵਿਭਿੰਨਤਾ ਇੱਕ ਤਰ੍ਹਾਂ ਦੇ ਜੀਨਸ ਦੀ ਵੱਧ ਤੋਂ ਵੱਧ ਚੀਜ਼ ਦੇ ਸਟੱਡੀ ਕਰਨ ਦਾ ਵੀ ਇੱਕ ਸਾਧਨ ਹੈ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਵਾਈਲਡ ਐਨੀਮਲਸ ਨੇ ਜਾਂ ਵਾਈਲਡ ਪਲਾਂਟਸ ਨੇ ਉਹਨਾਂ ਦੇ ਵਿੱਚ ਇੰਨੇ ਅੱਛੇ ਤਰ੍ਹਾਂ ਦੇ ਜੀਨਸ ਪਾਈ ਜਾਂਦੇ ਨੇ ਕਿਉਂ ਜੀਨਸ ਦੀ ਅੱਜ ਬਾਇਓਟੈਕਨੋਲੋਜਿਸ ਨੇ ਜਾਂ ਸਾਇੰਟਿਸਟਸ ਨੇ ਉਹ ਜੀਨਸ ਦੀ ਵਰਤੋਂ ਕਰਕੇ ਨਵੇਂ-ਨਵੇਂ ਤਰ੍ਹਾਂ ਦੇ ਪੌਦੇ ਤਿਆਰ ਕਰ ਰਹੇ ਨੇ ਜਿਵੇਂ ਮੈਂ ਚਾਵਲ ਦੀ ਗੱਲ ਕਰਾਇਆ ਤੁਸੀਂ ਦੇਖ ਰਹੇ ਝੋਨੇ ਦੀ ਫਸਲ ਹੈ ਇੱਕ ਵਾਈਲਡ ਕਿਸਮ ਦੀ ਝੋਨੇ ਦੀ ਵੈਰਾਈਟੀ ਸੀਗੀ ਜਿਹੜੀ ਇੰਡੀਆ ਦੇ ਵਿੱਚ ਗਰੋ ਹੁੰਦੀ ਸੀਗੀ ਓਰਾਇਜ਼ਾ ਨਿਵਾਇਰਾ ਐਦੇ ਤੋਂ ਕਈ ਤਰ੍ਹਾਂ ਦੇ ਨਵੇਂ ਚਾਵਲ ਦੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਇਹਦੇ ਵਿੱਚੋਂ ਜੀਨਸ ਕੱਟ ਕੇ ਸੋ ਕਿੰਨੀ ਜ਼ਿਆਦਾ ਜਿਹੜੀ ਜੈਨੇਟਿਕ ਬੈਨੀਫਿਟ ਹੋ ਰਿਹਾ ਸਾਨੂੰ ਸਾਡੀ ਜੈਵਿਕ ਵਿਭਿੰਨਤਾ ਤੋਂ ਐਸਾ ਹੀ ਵਾਲ ਕਾਊ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਹੈ ਪੰਜਾਬ ਵਿੱਚ ਪਾਈ ਜਾਣ ਵਾਲੀ ਕਾਊ ਹੈ ਇਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਜੀਨਸ ਨੇ ਜਿਹਦੇ ਕਰਕੇ ਇਹਦੀ ਮਿਲਕ ਪ੍ਰੋਡਕਸ਼ਨ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈ ਸੋ ਅਨੁਵੰਸ਼ਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਉਹ ਵੀ ਸਾਨੂੰ ਜਿਹੜੀ ਤਰ੍ਹਾਂ-ਤਰ੍ਹਾਂ ਦੇ ਜੀਨਸ ਨੇ ਵੈਰਾਈਟੀਆਂ ਨੇ ਜਿਹੜੀਆਂ ਦੇਖਣ ਨੂੰ ਮਿਲਦੀਆਂ ਉਹ ਤਾਂ ਹੀ ਮਿਲਣ گی ਅਗਰ ਸਾਡੇ ਕੋਲ ਜੈਵਿਕ ਵਿਪਿੰਤਾ ਹੈ ਜਿਹੜੀ ਹੋਏਗੀ ਆਰਥਿਕ ਕਤਰਾਂ ਕਿੰਤਾ ਯਾਨੀ ਕਿ ਆਰਥਿਕ ਪੱਖੋਂ ਸਾਨੂੰ ਕੀ ਫਾਇਦਾ ਹੈ ਬਟੇ ਆਰਥਿਕ ਪੱਖੋਂ ਤਾਂ ਸਾਨੂੰ ਪਤਾ ਹੈ ਕਿ ਸਾਨੂੰ ਹਰ ਇੱਕ ਚੀਜ਼ ਜੋ ਸਾਡੇ ਜਿੰਦਾ ਰਹਿਣ ਲਈ ਜ਼ਰੂਰੀ ਹੈ ਹਵਾ ਔਰ ਪਾਣੀ ਤੋਂ ਇਲਾਵਾ ਭੋਜਨ ਕੱਪੜਾ ਠੀਕ ਹੈ ਇਮਾਰਤੀ ਸਜ ਉਸਮਾਨਕਾਰ ਬਣਾਉਣ ਵਾਸਤੇ ਲੱਕੜੀ ਚਾਹੀਦੀ ਹੈ ਦਵਾਈਆਂ ਜੇ ਅਸੀਂ ਬਿਮਾਰ ਹੋ ਜੰਨੇ ਆ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਹ ਕਿੱਥੋਂ ਮਿਲਦੀਆਂ ਨੇ ਸਾਨੂੰ ਪੌਦਿਆਂ ਤੋਂ ਮਿਲਦੀਆਂ ਨੇ ਜੰਗਲਾਂ ਤੋਂ ਮਿਲਦੀਆਂ ਨੇ ਸੋ ਜਿੰਨੇ ਜ਼ਿਆਦਾ ਜੰਗਲ ਹੋਣਗੇ ਅਸੀਂ ਆਰਥਿਕ ਪੱਖੋਂ ਉਨੇ ਜ਼ਿਆਦਾ ਮਜ਼ਬੂਤ ਹੋਵਾਂਗੇ ਅਗਰ ਮੈਂ ਤੁਹਾਨੂੰ ਅ ਅੰਕੜਾ ਦੱਸਾਂ ਕਿ ਇੱਕ ਸਿੰਗਲ ਟ੍ਰੀ ਇੱਕ ਦਰਖਤ ਤੋਂ ਸਾਨੂੰ ਕੀ ਮਿਲ ਸਕਦਾ 2.5 ਲੱਖ ਦੀ ਆਕਸੀਜਨ ਮਿਲ ਸਕਦੀ ਹੈ ਠੀਕ ਹੈ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਵਾਸਤੇ ਅਗਰ ਅਸੀਂ ਮਸ਼ੀਨ ਦੇ ਨਾਲ ਹਵਾ ਪ੍ਰਦੂਸ਼ਣ ਨੂੰ ਕਾਬੂ ਪਾਈਏ ਤਾਂ ਐਨੇ ਰੁਪਏ ਲੱਗ ਜਾਣਗੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਅਗਰ ਅਸੀਂ ਮਸ਼ੀਨ ਨਾਲ ਰਹੀਆਂ ਦਵਾਈਆਂ ਰਹੀ ਜਿਹੜੀ ਕਿ ਹਾਨੀਕਾਰਕ ਵੀ ਹੁੰਦੀਆਂ ਨੇ ਤਾਂ ਐਨੇ ਰੁਪਏ ਲੱਗ ਜਾਣਗੇ 2.5 ਲੱਖ ਰੁਪਏ ਸੋ ਅਗਰ ਟੋਟਲ ਇੱਕ ਦਰਖਤ ਦੀ ਕੀਮਤ ਹੈ ਜੜੀ ਉਹ ਬਟੇ ਐਨੀ ਹੈ ਕੈਲਕੂਲੇਟ ਕਰਕੇ ਦੇਖ ਲਓ ਇੱਕ ਦਰਖਤ ਤੋਂ ਸਾਨੂੰ ਐਨ ਰੁਪਏ ਦੀ ਸੇਵਿੰਗ ਹੋ ਸਕਦੀ ਹੈ ਉਰਗੋਸੀ ਵੱਤ ਤੋਂ ਵੱਧ ਰਕਤ ਲਗਾਵਾਂਗੇ ਤਾਂ ਤੁਸੀਂ ਸੋਚੋ ਕਿ ਅਸੀਂ ਆਰਥਿਕ ਪੱਖੋਂ ਕਿੰਨੇ ਜਿਹੜੇ ਆ ਅਮੀਰ ਹੋ ਸਕਦੇ ਹਾਂ ਵਿਗਿਆਨਿਕ ਕਦਰਾਂ ਕੀਮਤ ਬਾਇਓਟੈਕਨੋਲੋਜਿਸਟ ਬਾਇਓਟੈਕਨੋਲੋਜਿਸਟ ਉਹ ਵਿਗਿਆਨੀ ਹੁੰਦੇ ਨੇ ਜਿਹੜੇ ਬਾਇਓਲੋਜੀ ਔਰ ਟੈਕਨੋਲੋਜੀ ਦੋਨਾਂ ਚੀਜ਼ਾਂ ਦਾ ਇਕੱਠਾ ਇਸਤੇਮਾਲ ਕਰਕੇ ਇੱਕ ਨਵੀਂ ਚੀਜ਼ ਬਣਾਉਂਦੇ ਨੇ ਜਿਹੜੀ ਕਿ ਹਿਊਮਨ ਬੈਨੀਫਿਟ ਲਈ ਹੁੰਦੀ ਹੈ ਜਿਸ ਤਰ੍ਹਾਂ ਇਹਨਾਂ ਨੇ ਇੱਕ ਬੀਟੀ ਕਾਟਨ ਕਾਟਨ ਦੀ ਇੱਕ ਆ ਕਾਟਨ ਦਾ ਪੌਦਾ ਇੱਕ ਨਵਾਂ ਪੌਦਾ ਤਿਆਰ ਕੀਤਾ ਕਿਉਂਕਿ ਕਾਟਨ ਦੇ ਪੌਦੇ ਨੂੰ ਕੀੜਾ ਬਹੁਤ ਲੱਗਦਾ ਸੀ ਕਿਸਾਨ ਬਹੁਤ ਪਰੇਸ਼ਾਨ ਰਹਿੰਦੇ ਸੀ ਕਿ ਸਾਰੀ ਦੀ ਸਾਰੀ ਫਸਲ ਹੈ ਜਿਹੜੀ ਕੀੜਾ ਖਾ ਜਾਂਦਾ ਤਾਂ ਫਿਰ ਬਾਇਓ ਟੈਕਨੋਲੋਜਿਸਟ ਨੇ ਕੀ ਕੀਤਾ ਕਿ ਐਸ ਕਾਟਨ ਦੇ ਪੌਦੇ ਦੇ ਵਿੱਚ ਇੱਕ ਸੂਖਮ ਜੀਵ ਤੋਂ ਜੀਨ ਲਿਆ ਔਰ ਉਹਦਾ ਜੀਨ ਐਸ ਕਾਟਨ ਦੇ ਪੌਦੇ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਔਰ ਇੱਕ ਨਵੀਂ ਵੈਰਾਈਟੀ ਬਣ ਗਈ ਜਿਸ ਨੂੰ ਕੀ ਕਿਹਾ بی ٹی कॉटन ਹੁਣ ਇਸ ਨੂੰ ਕੀੜਾ ਬਿਲਕੁਲ ਨਹੀਂ ਲੱਗਦਾ ਕਿਸਾਨ ਬਹੁਤ ਖੁਸ਼ ਨੇ ਲੇਕਿਨ ਅਗਰ ਉਹ ਸੁਖਮ ਜੀਵ ਜਿਹਦੇ ਤੋਂ ਇਹ ਕੀੜਾ ਲਿਆ ਗਿਆ ਉਹ ਨਾ ਹੁੰਦਾ ਤਾਂ ਫਿਰ بی ٹی कॉटन ਬਣ ਸਕਦੀ ਸੀ ਨਹੀਂ ਬਣ ਸਕਦੀ ਸੀ ਕਿਉਂਕਿ ਬਾਇਓ ਡਾਈਵਰਸਿਟੀ ਹੈ ਜੈਵਿਕ ਨੂੰ ਪਿੰਤਾ ਹੈ ਤਾਂ ਇਸ ਸੁਖਮ ਜੀਵ ਦਾ ਜਿਹੜਾ ਹੈ ਵਿਗਿਆਨੀਆਂ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਕਿਸ ਤਰ੍ਹਾਂ ਦਾ ਜੀਵ ਹੈ ਜਿਹੜਾ ਕਿ कॉटन ਦੇ ਵਿੱਚ ਲੱਗਣ ਵਾਲੇ ਕੀੜਿਆਂ ਨੂੰ ਕਾ ਸਕਦਾ ਹੈ ਜਾਂ ਇਹਦੇ ਵਿੱਚ ਜੀਨ ਪਾ ਦਈਏ ਤਾਂ ਕਾਟਨ ਦੇ ਜਿਹੜੇ ਹੈ ਫਸਲ ਨੂੰ ਕੀੜਾ ਲੱਗੇਗਾ ਹੀ ਨਹੀਂ ਸੋ ਵਿਗਿਆਨਿਕ ਕਦਰਾਂ ਕੀਮਤਾਂ ਵੀ ਬਹੁਤ ਨੇ ਔਰ ਇਹ ਤਾਂ ਇੱਕ ਐਗਜ਼ਾਮਪਲ ਦਿੱਤੀ ਮੈਂ ਤੁਹਾਨੂੰ ਬੀਟੀ ਕਾਟਨ ਦੀ ਬਹੁਤ ਸਾਰੇ ਰਿਸਰਚ ਚੱਲ ਰਹੀ ਹੈ ਕਿ ਪੌਦਿਆਂ ਔਰ ਜੰਤੂਆਂ ਦੇ ਵਿੱਚ ਜੰਗਲੀ ਪੌਦਿਆਂ ਜੰਗਲੀ ਜੀਵਨ ਦੇ ਵਿੱਚ ਜਿਹੜੇ ਜੀਨਸ ਨੇ ਜੇ ਕੋਈ ਹਾਂ ਯੂਸਫੁਲ ਹੈ ਤਾਂ ਉਸ ਨੂੰ ਅਸੀਂ ਕਿਵੇਂ ਕੱਢ ਕੇ ਆਦੇ ਫਾਇਦੇ ਦੇ ਲਈ ਵਰਤ ਲਈਏ ਲੇਕਿਨ ਸ਼ਰਤ ਇਹ ਹੈ ਬੇਟੇ ਕਿ ਉਸ ਜੰਗਲੀ ਜੀਵ ਜਾਂ ਉਸ ਜੰਗਲੀ ਪੌਦੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਦਵਾਈਆਂ ਦੇ ਤੌਰ ਤੇ ਪੌਦਿਆਂ ਤੋਂ ਸਾਨੂੰ ਇੰਨੀਆਂ ਦਵਾਈਆਂ ਮਿਲਦੀਆਂ ਜੰਤੂਆਂ ਤੋਂ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਸਾਇੰਟਿਸਟ ਪ੍ਰਾਪਤ ਕਰ ਲੈਂਦੇ ਨੇ ਕੁਨਿਨ सिनकोਨਾ ਪੌਦੇ ਤੋਂ ਮਿਲਦੀ ਹੈ ਮਲੇਰੀਆ ਲਈ ਵਰਤੀ ਜਾਂਦੀ ਹੈ ਪੈਨਸਿਲਿਨ ਉੱਲੀ ਤੋਂ ਪ੍ਰਾਪਤ ਹੁੰਦੀ ਹੈ ਇੱਕ ਐਂਟੀਬਾਇਓਟਿਕ ਹੈ ਪ੍ਰਤੀਰੋਧੀਕ ਦਵਾਈ ਹੈ ਡਿਜੀਟੋਕਸਿਨ ਹੈ ਜਿਹੜੀ ਇਹ ਵੀ ਜਿਹੜੀ ਦਿਲ ਦੀਆਂ ਬਿਮਾਰੀਆਂ ਵਾਸਤੇ ਯੂਜ਼ ਕੀਤੀ ਜਾਂਦੀ ਹੈ ਇੱਕ ਪੌਦੇ ਤੋਂ ਮਿਲਦੀ ਹੈ ਫੌਕਸ ਕਲੋਫ ਪੌਦੇ ਤੋਂ ਤੁਲਸੀ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਲਸੀ ਇੱਕ ਬਹੁਤ ਹੀ ਵਧੀਆ ਹ ਬੈ ਬੁਖਾਰ ਖਾਂਸੀ ਖੰਗ ਜੁਕਾਮ ਦੇ ਵਿੱਚ ਤੁਲਸੀ ਹੈ ਜਿਹੜੀ ਉਹ ਮਦਦਗਾਰ ਸਾਬਤ ਹੁੰਦੀ ਹੈ ਠੀਕ ਹੈ ਸੋ ਇਹ ਕੜੇ ਨੇ ਦਵਾਈਆਂ ਦੇਣ ਵਾਲੇ ਪੌਦੇ ਹੁਣ ਅਸੀਂ ਗੱਲ ਕਰਦੇ ਹਾਂ ਸਮਾਜਿਕ ਕਦਰਾਂ ਕੀਮਤਾਂ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਬਟਾ ਜੈਵਿਕ ਉਪਿੰਤਾ ਜਿਹੜੀ ਕਈ ਸਮੁਦਾਇ ਦੇ ਵਿੱਚ ਉਹਨਾਂ ਵਾਸਤੇ ਇਹ ਇੱਕ ਤਰ੍ਹਾਂ ਦੀ ਰਿਲੀਜੀਅਸ ਨੇ ਪੌਦੇ ਕਈ ਜੰਤੂ ਜਿਹੜੇ ਉਹਨਾਂ ਵਾਸਤੇ ਰਿਲੀਜੀਅਸ ਨੇ ਉਹ ਇਹਨਾਂ ਜੰਤੂਆਂ ਔਰ ਪੌਦਿਆਂ ਦੀ ਪੂਜਾ ਕਰਦੇ ਨੇ ਔਰ ਇਨਡਾਇਰੈਕਟਲੀ ਉਹ ਇਹਨਾਂ ਦੀ ਪੂਜਾ ਕਰਕੇ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣ ਦੇਣਗੇ ਔਰ ਜੈਵਿਕ ਉਪਿੰਤਾ ਹੈ ਜਿਹੜੀ ਉਹ ਕਾਇਮ ਰਹੇਗੀ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਕਈ ਲੋਕ ਪਿੱਪਲ ਦੀ ਪੂਜਾ ਕਰਦੇ ਨੇ ਕਈ ਲੋਕ ਸੱਪ ਦੀ ਪੂਜਾ ਕਰਦੇ ਨੇ 나ਗ ਪੰਚਮੀ ਕਈ ਲੋਕ ਗਊ ਮਾਤਾ ਦੀ ਪੂਜਾ ਕਰਦੇ ਨੇ ਕਈ ਤુલਸੀ ਦੀ ਪੂਜਾ ਕਰਦੇ ਨੇ ਸੋ ਇਨਡਾਇਰੈਕਟਲੀ ਇਹ ਚੀਜ਼ਾਂ ਨੂੰ ਅਸੀਂ ਜਿਹੜਾ ਹੈ ਆਪਣੀਆਂ ਕਦਰ ਸਮਾਜਿਕ ਕਦਰਾਂ ਕੀਮਤਾਂ ਦੇ ਤਹਿਤ ਇਹਨਾਂ ਦੀ ਜੋ ਵੀ ਹੈ ਅਸੀਂ ਬਾਇਓਡਾਈਵਰਸਿਟੀ ਦੀ ਸਾਂਭ ਸੰਭਾਲ ਕਰ ਰਹੇ ਹਾਂ ਸੋ ਸਮਾਜਿਕ ਵੈਲਿਊਜ਼ ਵੀ ਨੇ ਜੈਵਿਕ ਵਿਭਿੰਨਤਾ ਦੀਆਂ ਪਵਿੱਤਰ ਗਰੂਪਸ ਅਗਰ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਬੇਟੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਹੈਗਾ ਗੰਗਾ ਇੱਕ ਪਵਿੱਤਰ ਨਦੀ ਹੈ ਪੂਜਾ ਕੀਤੀ ਜਾਂਦੀ ਹੈ ਪੁਸ਼ਕਰ ਰਾਜਸਥਾਨ ਦੇ ਵਿੱਚ ਨਦੀ ਹੈ ਪਵਿੱਤਰ ਨਦੀ ਮੰਨਿਆ ਜਾਂਦਾ ਹੈ ਪੂਜਾ ਕਰਦੇ ਨੇ ਲੋਕ ਚੰਦਨ ਦੇ ਦਰਖਤ ਜਿਹੜੇ ਹੈਗੇ ਨੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਐਨਾ ਜਿਹੜੇ ਪਵਿੱਤਰ ਜਗ੍ਹਾ ਨੇ ਜਾਂ ਪਵਿੱਤਰ ਪੌਦੇ ਨੇ ਪਵਿੱਤਰ ਸਥਾਨ ਦੇ ਉੱਤੇ ਹੈਗੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਪਵਿੱਤਰ ਗਰੂਵਸ ਜਾਂ ਪਵਿੱਤਰ ਡਿਓੜੀਆਂ ਸੋ ਇਨਡਾਇਰੈਕਟਲੀ ਫਾਇਦਾ ਕਿੰਨੂ ਹੋ ਰਿਹਾ ਬੇਟੇ ਲਿਵਿੰਗ ਆਰਗਨਿਜ਼ਮਸ ਨੂੰ ਜਿਹੜਾ ਹੈ ਕੋਈ ਨੁਕਸਾਨ ਨਹੀਂ ਪਹੁੰਚ ਰਿਹਾ ਔਰ ਜੈਵਿਕ ਵਿਭਿੰਨਤਾ ਨੂੰ ਅਸੀਂ ਜਿਉਂ ਦਾ ਤਿਉਂ ਕਾਇਮ ਰੱਖ ਰਹੇ ਹਾਂ ਸੁਹਾਜ ਅਤੇ ਮਨੋਰੰਜਨ ਸਬੰਧੀ ਕਦਰਾਂ ਕੀਮਤਾਂ ਬੇਟੇ ਤੁਸੀਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਪਹਾੜਾਂ ਤੇ ਘੁੰਮਣ ਕਿਉਂ ਜਾਂਦੇ ਹੋ ਕਿ ਚਲੋ ਪਹਾੜਾਂ ਤੇ ਘੁੰਮਣ ਜਾਂਦੇ ਹਾਂ ਕਿਉਂਕਿ ਤੁਹਾਨੂੰ ਪਹਾੜ ਅੱਛੇ ਲੱਗਦੇ ਨੇ ਉੱਚੇ ਉੱਚੇ ਪਹਾੜ ਉੱਥੋਂ ਦਾ ਕਲਾਈਮੇਟ ਉੱਥੇ ਦੇ ਰਹਿਣ ਵਾਲੇ ਜੀਵ ਜੰਤੂ ਨਵੇਂ-ਨਵੇਂ ਪੌਦੇ ਦੇਖ ਕੇ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ ਸੋ ਜਿਹੜੇ ਜੈਵਿਕ ਵਿਭਿੰਨਤਾ ਹੈ ਉਹਦੇ ਤੋਂ ਅਸੀਂ ਅੰਦਰੂਨੀ ਖੁਸ਼ੀ ਮਨੋਰੰਜਨ ਦਾ ਸਾਧਨ ਵੀ ਸਾਡੇ ਤੁਸੀਂ ਦੇਖ ਰਹੇ ਹੋ ਕਿ ਨੱਚਦੇ ਹੋਏ ਮੋਰ ਅਗਰ ਕਿਤੇ ਮੋਰ ਤੁਹਾਨੂੰ ਅੱਜ ਵੀ ਦਿਖ ਜੇ ਪੈਲ ਪਾਈ ਹੋਵੇ ਤਾਂ ਸਾਨੂੰ ਕਿੰਨਾ ਸਾਨੂੰ ਅੱਛਾ ਲੱਗਦਾ ਅਸੀਂ ਕਿੰਨੇ ਖੁਸ਼ ਹੁੰਦੇ ਆ ਸੋ ਅਗਰ ਅਸੀਂ ਮੋਰ ਨੂੰ ਬਚਾ ਕੇ ਰੱਖਾਂਗੇ ਸਾਡਾ ਨੈਸ਼ਨਲ ਐਨੀਮਲ ਹੈ ਨੈਸ਼ਨਲ ਬਰਡ ਹੈ ਤਾਂ ਇੱਕ ਤਰ੍ਹਾਂ ਨਾਲ ਅਸੀਂ ਜੈਵਿਕ ਵਿਭਿੰਨਤਾ ਨੂੰ ਕੰਜ਼ਰਵ ਕਰ ਰਹੇ ਹਾਂ ਵਗਦੇ ਹੋਏ ਚਰਨੇ ਠੀਕ ਹੈ ਸੋ ਵਾਈਲਡ ਐਨੀਮਲਸ ਇਹ ਸਾਰੇ ਨਿਜੜੇ ਇਹ ਸਾਡੇ ਮਨੋਰੰਜਨ ਦਾ ਸਾਧਨ ਵੀ ਨੇ ਅਗਰ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਅਸੀਂ ਆਪਣਾ ਫਾਇਦਾ ਵੀ ਕਰਾਂਗੇ ਨਾਲ ਨਾਲ ਆਪਣੇ ਪ੍ਰਸਤਿਤਿਕ ਪ੍ਰਬੰਧ ਨੂੰ ਵੀ ਸੰਤੁਲਨ ਵਿੱਚ ਬਰائے ਰੱਖਾਂਗੇ ਔਰ ਆਪਣੀ এনवायरमेंट ਨੂੰ ਵੀ ਸੇਵ ਰੱਖਾਂਗੇ ਸੋ ਬੇਟੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਜੈਵਿਕ ਵਿਭਿੰਨਤਾ ਹੈ ਜਿਹੜੀ ਮਨੁੱਖ ਦੇ ਵਾਸਤੇ ਇੱਕ ਟਿਕਾਊ ਭੂਨੇ ਦਾ ਕੰਮ ਕਰਦੀ ਹੈ ਹੁਣ ਤੁਸੀਂ ਕਹੋਗੇ ਟਿਕਾਊ ਭੂਨਾ ਕੀ ਚੀਜ਼ ਹੈ ਜੇ ਆਪਾਂ ਵੈਸੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਕਹੇ ਵੀ ਕੋਈ ਵੀ ਚੀਜ਼ ਟਿਕ ਕੇ ਰਹੇ ਟਿਕ ਕੇ ਮੀਨ ਆਪਣੇ ਸਥਾਨ ਤੇ ਰਹੇ ਉਹ ਹਿੱਲੇ-ਜੁੱਲੇ ਨਾ ਇੱਥੇ ਅਸੀਂ ਉਸ ਟਿਕਾਊਪੁਣੇ ਦੀ ਗੱਲ ਕਰਾਂਗੇ ਕਿ ਸਾਡੇ ਜਿਉਂਦੇ ਰਹਿਣ ਲਈ ਸਾਨੂੰ ਕੀ ਚਾਹੀਦਾ ਹੈ ਭੋਜਨ ਅਤੇ ਪਾਣੀ ਚਾਹੀਦਾ ਹੈ ਸਾਨੂੰ ਤੇ ਭੋਜਨ ਤੇ ਪਾਣੀ ਟਿਕ ਕੇ ਰਹੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਤੱਕ ਵੀ ਇਹ ਤਾਂ ਟਿਕ ਕੇ ਰਹਿ ਸਕਦਾ ਤਾਂ ਹੀ ਕਾਇਮ ਹੋ ਸਕਦਾ ਹੈ ਜੇ ਜੈਵਿਕ ਵਿਭਿੰਨਤਾ ਦੀ ਅਸੀਂ ਸਾਂਭ ਸੰਭਾਲ ਕਰਾਂਗੇ ਠੀਕ ਹੈ ਔਰ ਮਨੁੱਖ ਨੂੰ ਜਿਹੜੀ ਕੁਦਰਤ ਹੈ ਹਮੇਸ਼ਾ ਹੀ ਜਿਹੜੀ ਕੁਦਰਤ ਮਨੁੱਖ ਦੇ ਉੱਤੇ ਮਿਹਰਬਾਨ ਰਹੀ ਹੈ ਔਰ ਜੈਵਿਕ ਵਿਪਿੰਤਾ ਦੇ ਨਾਲ ਜਿਹੜਾ ਹੈ ਇੱਕ ਟਿਕਾਊ ਪੁਨਾ ਹੈ ਜਿਹੜਾ ਉਹ ਸਸਟੇਨੇਬਲ ਲਾਈਫ ਹੈ ਜਿਹੜੀ ਉਹ ਸਾਨੂੰ ਮਿਲ ਸਕਦੀ ਹੈ ਕਿਉਂਕਿ ਜੈਵਿਕ ਜਿਹੜੇ ਜੰਗਲਾਂ ਤੋਂ ਸਾਨੂੰ ਭੋਜਨ ਮਿਲਦਾ ਹੈ ਇਮਾਰਤਾਂ ਦੀ ਲੱਕੜੀ ਮਿਲਦੀ ਹੈ ਕੁਦਰਤੀ ਦਵਾਈਆਂ ਮਿਲਦੀਆਂ ਨੇ ਔਰ ਇਹ ਤਾਂ ਹੀ ਮਿਲ ਸਕਦੀਆਂ ਨੇ ਜੇ ਅਸੀਂ ਜੈਵਿਕ ਵਿਪਿੰਤਾ ਦੀ ਸਾਮ ਸੰਭਾਲ ਕਰਾਂਗੇ ਬਟੇ ਅਗਰ ਅਸੀਂ ਅੱਜ ਦੇ ਸਿਨੈਰੀਓ ਦੀ ਗੱਲ ਕਰੀਏ ਜਿਵੇਂ ਅੱਜਕੱਲ ਕੋਵਿਡ-19 ਦੇ ਨਾਲ ਅਸੀਂ ਜੂਝ ਰਹੇ ਹਾਂ ਅੱਜ ਮਨੁੱਖ ਕੋਲ ਦੋ ਰਾਹ ਤੇ ਨੇ ਜਾਂ ਤਾਂ ਉਹ ਹਾਂ ਪੱਕੀ ਰਵਈਆ ਅਪਣਾਏ ਕੁਦਰਤ ਨਾਲ ਠੀਕ ਹੈ ਕਿ ਕੁਦਰਤ ਦੇ ਨਾਲ ਸੁਮੇਲ ਬਣਾ ਕੇ ਚੱਲੇ ਕੁਦਰਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਏ ਤਾਂ ਤਾਂ ਉਹ ਜਿਹੜਾ ਹੈ ਆਪਣੇ ਟਿਕਾਊ ਪੁਨੇ ਨੂੰ ਕਾਇਮ ਰੱਖ ਸਕਦਾ ਹੈ ਜੈਵਿਕ ਭਿੰਤਾ ਅਤੇ ਟਿਕਾਊ ਪੁਨਰਜੜਾ ਹੈ ਦੋਨੋਂ ਬੈਲੈਂਸ ਬਣਾ ਕੇ ਰੱਖ ਸਕਦੇ ਨੇ ਸਾਨੂੰ ਭੋਜਨ ਪਾਣੀ ਹਵਾ ਸ਼ੁੱਧ ਹਵਾ ਸਭ ਕੁਝ ਮਿਲਦਾ ਰਹੇਗਾ ਲੇਕਿਨ ਅਗਰ ਮਨੁੱਖ ਨਾ ਪੰਖੀ ਰਵਈਆ ਅਪਣਾਉਂਦਾ ਹੈ ਕੁਦਰਤ ਨੂੰ ਲਗਾਤਾਰ ਨਸ਼ਟ ਕਰਦਾ ਰਹੇਗਾ ਤਾਂ ਬੇਟੇ ਫਿਰ ਆਵਲੇ ਜਿਹੜੇ ਕਨਸੀਕਵੈਂਸਿਸ ਨੇ ਸਾਨੂੰ ਦੇਖਣੇ ਪੈਣਗੇ ਹੜ੍ਹਾਂ ਆਣਗੇ ਪੁਚਾਲਾਂ ਆਣਗੇ ਜੰਗਲਾਂ ਵਿੱਚ ਅੱਗ ਲੱਗੇਗੀ ਕੋਵਿਡ-19 ਵਰਗੀਆਂ ਸਮੱਸਿਆਵਾਂ ਫੇਰ ਫਿਊਚਰ 'ਚ ਵੀ ਆ ਸਕਦੀਆਂ ਸੋ ਸਾਨੂੰ ਕਿਹੜਾ ਰਵਈਆ ਅਪਣਾਉਣਾ ਚਾਹੀਦਾ ਹੈ हां पक्खी रवैया कुदरत ਨਾਲ ਸੁਮੇਲ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਇਹਨਾਂ ਜਿਹੜੀਆਂ ਆਫਤਾ ਨੇ ਉਹਨਾਂ ਤੋਂ ਬਚ ਸਕਦੇ ਹਾਂ ਔਰ ਮੁਕਾਬਲਾ ਕਰ ਸਕਦੇ ਹਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਕਿ ਕਲਾਵਰਿਸ ਮੇਜਰ ਨਾਮ ਦਾ ਇੱਕ ਦਰਖਤ ਹੈ ਹਿੰਦ ਮਹਾਸਾਗਰ ਦੇ ਟਾਪੂਆਂ ਤੇ ਉਗਦਾ ਲੇਕਿਨ ਉਹਨੇ ਐਕਸਟਿੰਕਟ ਹੋਣ ਦੇ ਕਿਨਾਰੇ ਤੇ ਆ ਉਹਦਾ ਰੀਜ਼ਨ ਕੀ ਹੈ ਕਿ ਡੋਡੋ ਨਾਮ ਦਾ ਇੱਕ ਪੰਛੀ ਲੁप्त ਹੋ ਗਿਆ ਉਹ ਡੋਡੋ ਨਾਮ ਦਾ ਪੰਛੀ ਐ ਇਸ ਦਰਖਤ ਦੇ ਜਿਹੜੇ ਬੀਜ ਖਾਂਦਾ ਸੀ ਔਰ ਜਦੋਂ ਉਹਦੇ ਮਲ ਦੇ ਵਿੱਚੋਂ ਅਧ ਪਚੇ ਬੀਜ ਬਾਹਰ ਨਿਕਲਦੇ ਸੀ ਉਹ ਬੀਜ ਤਾਂ ਹੀ ਗਰੋ ਕਰਕੇ ਇੱਕ ਦਰਖਤ ਉਹ ਬਣ ਸਕਦਾ ਸੀ ਬੀਜ ਭਾਵੇਂ 100 ਸਾਲ ਤੱਕ ਧਰਤੀ ਤੇ ਪੈ ਰਣ ਇਸ ਦਰਖਤ ਉਹ ਗਰੋ ਨਹੀਂ ਕਰਨਗੇ ਜਦੋਂ ਤੱਕ ਉਹ ਡੋਡੋ ਦੇ ਪੇਟ ਦੇ ਵਿੱਚੋਂ ਦੀ ਉਹਦੇ ਮਲ ਦੇ ਵਿੱਚੋਂ ਦੀ ਨਿਕਲ ਕੇ ਧਰਤੀ ਤੇ ਨਹੀਂ गिरਦੇ ਹੁਣ ਡੋਡੋ ਲੁप्त ਹੋ ਗਿਆ ਬੀਜ ਪੁੰਗਰਨੇ ਬੰਦ ਹੋ ਗਏ ਔਰ ਹੁੰਨੇ ਜਿਹੜਾ ਦਰਖਤ ਹੈ ਇਹ ਵੀ ਕੀ ਹੈ लुप्त ਹੋਣ ਦੀ ਕਗਾਰ ਤੇ ਸੋ ਇਹ ਕਿਉਂ ਹੋਇਆ ਕਿਉਂਕਿ ਮਨੁੱਖ ਨੇ ਕੀ ਕੀਤਾ ਨਾ ਪੱਖੀ ਰਵਈਆ ਅਪਣਾਇਆ ਡੋਡੋ ਨੂੰ ਬਚਾ ਕੇ ਨਹੀਂ ਰੱਖਿਆ ਕਿਸੇ ਵੀ ਰੀਜ਼ਨ ਕਰਕੇ ਡੋਡੋ ਹੈ ਜਿਹੜੀ ਲੁप्त ਹੋ ਗਿਆ ਪੰਛੀ ਸੋ ਬਟੇ ਹਾਂ ਪੱਖੀ ਰਵਈਆ ਅਪਣਾਓ ਕੁਦਰਤ ਨਾਲ ਮੇਲ ਬਣਾ ਕੇ ਚੱਲੋ ਜੈਵਿਕ ਉਪਿੰਦ ਦੀ ਸਾਂਭ ਸੰਭਾਲ ਕਰੋ ਤਾਂ ਹੀ ਅਸੀਂ ਇਸ ਪਲਾਨਟ ਦੇ ਉੱਤੇ ਜਿਹੜਾ ਇਸ ਪਲਾਨਟ ਦੀ ਬਿਊਟੀ ਦਾ ਆਨੰਦ ਮਾਣ ਸਕਦੇ ਹਾਂ ਹੁਣ ਲਗਾਤਾਰ ਜਨਸੰਖਿਆ ਵਧ ਰਹੀ ਹੈ ਪਾਪੂਲੇਸ਼ਨ ਐਕਸਪਲੋਸ਼ਨ ਹੋ ਰਿਹਾ ਹੈ ਸਾਡੇ ਜਿਹੜੇ ਰਿਸੋਰਸਿਸ ਨੇ ਫਿਜ਼ੀਕਲ ਰਿਸੋਰਸਿਸ ਨੇਚਰਲ ਰਿਸੋਰਸਿਸ ਬਾਇਓਲੋਜੀਕਲ ਰਿਸੋਰਸਿਸ ਉੱਕੜਦੇ ਜਾ ਰਹੇ ਨੇ ਹੁਣ ਕਿਹੜੇ ਕਿਹੜੇ ਰਿਸੋਰਸਿਸ ਨੇ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਅਸੀਂ ਭੂਮੀ ਸਰੋਤ ਦੀ ਗੱਲ ਕਰੀਏ ਬਟ ਦੇਖਣ ਨੂੰ ਭੂਮੀ ਸਾਡੀ ਧਰਤੀ ਇੱਕ ਬਹੁਤ ਵੱਡਾ ਪਲੈਨਟ ਲੱਗਦੀ ਹੈ ਸਾਨੂੰ ਸਾਨੂੰ ਲੱਗਦਾ ਥਾਂ ਹੀ ਥਾਂ ਜਦੋਂ ਅਸੀਂ ਇਸ ਤਰ੍ਹਾਂ ਗਲੋਬ ਦੇ ਵਿੱਚ ਦੇਖਦੇ ਹਾਂ ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਸਿਰਫ 62% ਭੂਮੀ ਹੈ ਜਿਹੜੀ ਉਹ ਸਾਡੇ ਯੂਜ਼ ਵਾਸਤੇ ਹੈ ਹੁਣ ਉਹ ਵੀ ਘਟਦੀ ਜਾ ਰਹੀ ਹੈ ਸਾਡੇ ਵਾਸਤੇ ਸੋ ਆ ਉਹ ਭੂਮੀ ਤੇ ਧਰਤੀ ਨੂੰ ਕਿਵੇਂ ਬਚਾਣਾ ਭੂਮੀ ਮੀਨ ਸੋਇਲ ਠੀਕ ਹੈ ਉਹ ਤਾਂ ਜੋ ਖੇਤੀ ਨਾ ਮੁੱਕ ਜਾਵੇ ਹੁਣ ਸਾਨੂੰ ਪਤਾ ਹੈ ਮਿੱਟੀ ਦੀ ਸਾਂਭ ਸੰਭਾਲ ਦੇ ਦੋ ਹੀ ਬੈਸਟ ਤਰੀਕੇ ਨੇ ਕਿ ਇੱਕ ਤਾਂ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਓ ਤੇ ਦੂਸਰਾ ਪੌਂਖ ਹੋਰ ਕਟਾਓ ਅਗਰ ਇਹ ਦੋਨੋਂ ਤਰੀਕੇ ਅਸੀਂ ਅਪਣਾ ਲਏ ਤਾਂ ਫੇਰ ਸਾਡੀ ਭੂਮੀ ਜਿਹੜੀ ਉਹ ਕਨਜ਼ਰਵ ਹੋ ਸਕਦੀ ਹੈ ਭੂਮੀ ਦੀ ਉਪਜਾਊ ਸ਼ਕਤੀ ਨੂੰ ਬਧਾਨ ਵਾਸਤੇ ਜੈਵਿਕ ਖਾਦਾਂ ਦੀ ਵਰਤੋਂ ਕਰੋ ਫਸਲਾਂ ਦੀ ਅਦਲਾ ਬਦਲੀ ਕਰੋ ਕਿ ਅਗਰ 2-3 ਸਾਲ ਲਗਾਤਾਰ ਅਸੀਂ ਕਣਕ ਉਗਾ ਲਈ ਹੈ ਤਾਂ ਚੌਥੇ ਸਾਲ ਉੱਥੇ ਮਟਰ ਉਗਾ ਲਓ ਤਾਂ ਕਿ ਜਿਹੜੀ ਫਲੀਦਾਰ ਪੌਦਿਆਂ ਦੇ ਨਾਲ ਧਰਤੀ ਦੀ ਜਿਹੜੇ ਉਪਜਾਊ ਸ਼ਕਤੀ ਹੈ ਵਧ ਜਾਂਦੀ ਉਹ ਨਾਈਟ੍ਰੋਜਨ ਸਥਿਰਕਰਨ ਕਰ ਦਿੰਦੇ ਨੇ ਠੀਕ ਹੈ ਐਸੇ ਤਰ੍ਹਾਂ ਅਗਰ ਲਗਾਤਾਰ ਜਿਹੜਾ ਹੈਗਾ ਸਿੰਚਾਈ ਕਰਨ ਦੇ ਨਾਲ ਕੀ ਹੁੰਦਾ ਭੂਮੀ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ ਭੂਮੀ ਦੇ ਵਿੱਚ ਖਾਰਾਪਨ ਆ ਜਾਂਦਾ ਸੋ ਸਿੰਚਾਈ ਵੱਧ ਨਾ ਕਰੋ ਇਹ ਇਹ ਕਰੋ ਤੁਬਕਾ ਪ੍ਰਣਾਲੀ ਉਹਦੇ ਨਾਲ ਪਾਣੀ ਘੱਟ ਲੱਗੇਗਾ ਜਿੰਨਾ ਪਲਾਂਟਸ ਨੂੰ ਪਾਣੀ ਚਾਹੀਦਾ ਉਹਨੇ ਯੂਜ਼ ਹੋਏਗਾ ਤਰਤੀ ਦੀ ਜਿਹੜੀ ਖਾਰੇਪਣ ਨੂੰ ਘੱਟ ਕਰਨ ਵਾਸਤੇ ਸੋਇਆਬੀਂ ਦੀ ਫਸਲ ਦਾ ਵੀ ਕਦੇ-ਕਦੇ ਉਗਾ ਲਣੀ ਚਾਹੀਦੀ ਹੈ ਉਹਦੇ ਨਾਲ ਤਰਤੀ ਦਾ ਖਾਰਾਪਣ ਜਿਹੜਾ ਉਹ ਖਤਮ ਹੋ ਜਾਂਦਾਰ ਭੂਮੀ ਦੀ ਉਪਜਾਊ ਸ਼ਕਤੀ ਅਸੀਂ ਮੇਨਟੇਨ ਕਰਕੇ ਰੱਖ ਸਕਦੇ ਹਾਂ ਐਸੇ ਤਰ੍ਹਾਂ ਭੌਂਕ ਹੋ ਰੋਕ ਸਕਦੇ ਹਾਂ ਬਾੜਾਂ ਦੇ ਉੱਤੇ ਤੁਸੀਂ ਦੇਖਿਓ ਬਾੜਾਂ ਤੇ ਮੀਂਹ ਜ਼ਿਆਦਾ ਪੈਂਦਾ ਸੋ ਟਰੈਸ ਗਾਰਡਨ ਕੀਤੀ ਜਾਂਦੀ ਹੈ ਟਰੈਸ ਗਾਰਡਨਿੰਗ ਕਿ ਪਾਣੀ ਅਗਰ ਉੱਪਰੋਂ ਆ ਰਿਹਾ ਹੈ ਤਾਂ ਉਹ ਰੁਕ ਰੁਕ ਕੇ ਆਏਗਾ ਪਾਣੀ ਇਕੋਦਮ ਨਹੀਂ ਵਹੇਗਾ ਯਾ ਫਿਰ ਪੱਥਰ ਜਾਂ ਜਿਹੜੇ ਨੇ ਬੰਨ ਲਗਾ ਦਿੱਤਾ ਜਾਂਦਾ ਤਾਂ ਕਿ ਪਾਣੀ ਦਾ ਜਿਹੜਾ ਬਹਾਵ ਹੈ ਉਸ ਨੂੰ ਰੋਕਿਆ ਜਾ ਸਕੇ ਸੋ ਇਸ ਤਰੀਕੇ ਦੇ ਨਾਲ ਅਸੀਂ ਹੜਾਂ ਤੇ ਭੋਂਖੋਰ ਨੂੰ ਰੋਕ ਸਕਦੇ ਹਾਂ ਪਾਣੀ ਵੀ ਸਾਡਾ ਮੁੱਕਦਾ ਜਾ ਰਿਹਾ ਜੋ ਵੀ ਤੁਸੀਂ ਉਹਨੇ ਗਲੋਬ ਦੇ ਉੱਤੇ ਬਲੂ ਪੋਰਸ਼ਨ ਦੇਖ ਰਹੇ ਹੋ ਇਹ ਪਾਣੀ ਆ ਥਾਂ ਸਮੁੰਦਰ ਆ 70% ਪਾਣੀ ਹੈ ਤਰਤੀ ਤੇ ਕਹਿੰਦੇ ਆ ਪਰ ਕੀ ਤੁਸੀਂ ਜਾਣਦੇ ਹੋ ਸਿਰਫ 3% ਪਾਣੀ ਹੈ ਜਿਹੜਾ ਸਾਡੇ ਯੋਗ ਹੈ ਉਹ ਇਸੇ ਪੀਨੇ ਉਹਦੇ ਨਾਲ ਹੀ ਅਸੀਂ ਖੇਤੀ ਕਰਨੀ ਹੈ ਉਹਦੇ ਨਾਲ ਅਸੀਂ ਬਿਜਲੀ ਬਣਾਉਣੀ ਹੈ ਸੋ ਬਹੁਤ ਘੱਟ ਜਿਹੜਾ ਪਾਣੀ ਹੈ ਉਹਦਾ ਲੈਵਲ ਬਹੁਤ ਘੱਟ ਰਿਹਾ ਸੋ ਪਾਣੀ ਦੀ ਸਾਮ ਸੰਭਾਲ ਕਿਵੇਂ ਕੀਤੀ ਜਾਏ ਬੇਟੇ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਨੋਟਸ ਬਣਾ ਲਿਆ ਜੇ ਦੇਖ ਕੇ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪਾਣੀ ਜਿਹੜਾ ਅ ਅਰਥ ਵਾਟਰ ਹੈ ਵੇਸਟ ਵਾਟਰ ਹੈ ਉਸ ਨੂੰ ਰੀਸਾਈਕਲ ਕਰਨਾ ਸਿੱਖਿਓ ਅੱਜਕਲ ਬਹੁਤ ਸਾਰੇ ਤਰ੍ਹਾਂ ਦੇ ਤਰੀਕੇ ਨੇ ਰੀਸਾਈਕਲ ਕਰਨ ਦੇ ਪਾਣੀ ਨੂੰ ਜਿਹਨੂੰ ਫਿਰ ਅਸੀਂ ਮੁੜ ਵਰਤੋਂ ਵਿੱਚ ਲਿਆ ਸਕਦੇ ਹਾਂ ਇੱਥੇ ਫਿਰ ਇੱਕ ਪੌਦਾ ਦਿਖਾਇਆ ਗਿਆ ਬੇਟੇ ਚਲਖੁੰਬੀ ਵੇਸਟ ਵਾਟਰ ਦੇ ਵਿੱਚ ਅਗਰ ਇਹ ਗਰੋ ਕਰਦੇ ਹੋ ਤਾਂ ਪਾਣੀ ਦੇ ਵਿੱਚੋਂ ਪ੍ਰਦੂਸ਼ਣ ਨੂੰ ਘੱਟ ਕਰ ਦਿੰਦਾ ਉਹ ਪਾਣੀ ਨੂੰ ਅਸੀਂ ਫਿਰ ਬਿਜਲੀ ਬਣਾਉਣ ਵਾਸਤੇ ਯੂਜ਼ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਹੜਾਂ ਦੇ ਪਾਣੀ ਨੂੰ ਉਸ ਪਾਸੇ ਭੇਜ ਦਿਓ ਜਿੱਧਰ ਪਾਣੀ ਦੀ ਘਾਟ ਹੈ ਤਾਂ ਉਹਦੇ ਨਾਲ ਵੀ ਕੀ ਹੋਏਗਾ ਅਸੀਂ ਪਾਣੀ ਦੀ ਬਚਤ ਕਰ ਲਈ रेन हार्वेस्टिंग ये बहुत आ, तो बहुत ही ਜੁੜਾ ਹੈਗਾ ਅ ਇੰਪੋਰਟੈਂਟ ਮੈਥਡ ਹੈ ਟੂ ਕਨਜ਼ਰਵ ਰੇਨ ਵਾਟਰ ਤੁਸੀਂ ਦੇਖ ਰਹੇ ਹੋ ਵਰਖਾ ਦਾ ਪਾਣੀ ਹੈ ਜਿਹੜਾ ਛੱਤ ਤੋਂ ਵਰਖਾ ਦਾ ਪਾਣੀ ਹੈ ਉਹ ਪਾਈਪਾਂ ਇਸ ਤਰ੍ਹਾਂ ਦੇ ਨਾਲ ਅਰੇਂਜ ਕੀਤੀਆਂ ਹੋਈਆਂ ਕਿ ਉਹ ਫਿਰ ਪਾਣੀ ਹੈ ਜਿਹੜਾ ਉਹ ਧਰਤੀ ਦੇ ਵਿੱਚ ਜਾ ਰਿਹਾ ਇਹਨੂੰ ਅਸੀਂ ਕੀ ਕਹਿੰਦੇ ਹਾਂ ਰੇਨ ਵਾਟਰ ਹਾਰਵੈਸਟਿੰਗ ਸੋ ਬੇਟੇ ਇਸ ਤੋਂ ਬਾਅਦ ਆ ਜਾਂਦਾ ਹੈ ਖਣਿਜ ਸਰੋਤਾਂ ਦੀ ਘਾਟ ਖਣਿਜ ਮਿਨਰਲਸ ਕਿਸੇ ਵੀ ਦੇਸ਼ ਦੀ ਇਕਨੋਮੀ ਦੀ ਬੈਕਬੋਨ ਹੁੰਦੇ ਨੇ ਕਿਉਂਕਿ ਉਹਨਾਂ ਤੋਂ ਸਾਨੂੰ ਧਨ ਕਮਾਉਣ ਦਾ ਮੌਕਾ ਮਿਲਦਾ ਹੁਣ ਖਣਿਜ ਨੇ ਜਿਵੇਂ ਲੋਹਾ ਹੈ ਸਟੀਲ ਹੈ ਸੋਨਾ ਹੈ ਚਾਂਦੀ ਹੈ ਇਹ ਸਾਰੇ ਕੀ ਨੇ ਕੋਲਾ ਹੈ ਇਹ ਖਣਿਜ ਨੇ ਇਹਨਾਂ ਨੂੰ ਅਸੀਂ ਦੂਸਰੇ ਦੇਸ਼ਾਂ ਨੂੰ ਵੇਚ ਕੇ ਧਨ ਕਮਾ ਸਕਦੇ ਹਾਂ ਲੇਕਿਨ ਹੁਣ ਸਾਡੇ ਦੇਸ਼ ਦੇ ਵਿੱਚ ਘਟਦੇ ਜਾ ਰਹੇ ਨੇ ਕਿਉਂਕਿ ਪੋਪੂਲੇਸ਼ਨ ਬਹੁਤ ਵੱਧ ਰਹੀ ਹੈ ਸੋ ਜੋ ਵੀ ਹੁਣ ਸਾਡੇ ਕੋਲ ਬਚਿਆ ਅਸੀਂ ਉਸ ਨੂੰ ਕਿਵੇਂ ਸੰਭਾਲ ਕੇ ਰੱਖੀਏ ਇਹਦੇ ਵਾਸਤੇ ਬੇਟੇ ਵਿਗਿਆਨੀਆਂ ਨੇ 5 R ਦਾ સિਧਾਂਤ ਦਿੱਤਾ ਹੈ 5 R ਰੀਸਾਈਕਲ ਕਿ ਅਗਰ ਕੋਈ ਚੀਜ਼ ਟੁੱਟ ਭੱਜ ਗਈ ਹੈ ਤਾਂ ਉਸ ਨੂੰ ਰੀਸਾਈਕਲ ਵਾਸਤੇ ਦੇ ਦਿਓ ਤੁਸੀਂ ਦੇਖਿਆ ਘਰਾਂ ਦੇ ਵਿੱਚ ਕਬਾੜੇ ਆਉਂਦੇ ਨੇ ਪੁਰਾਣਾ ਸਮਾਨ ਅਸੀਂ ਟੁੱਟਿਆ ਭੱਜਿਆ ਕਈ ਵਾਰੀ ਉਹਨਾਂ ਨੂੰ ਦੇ ਦਿੰਨੇ ਆ ਤੁਸੀਂ ਸੋਚਿਆ ਕਦੇ ਉਹ ਕੀ ਕਰਦੇ ਨੇ ਉਸ ਸਮਾਨ ਦਾ ਉਹ ਫੈਕਟਰੀਆਂ ਵਿੱਚ ਦੇ ਆਂਦੇ ਨੇ ਜਿੱਥੇ ਉਸ ਨੂੰ ਦੁਬਾਰਾ ਰੀਸਾਈਕਲ ਕਰਕੇ ਨਵੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਰਿਫਿਊਜ਼ ਅਗਰ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਕਿਸੇ ਚੀਜ਼ ਦੀ ਤਾਂ ਫालतू ਚੀਜ਼ ਨਾ ਖਰੀਦੋ ਇਸ ਦੇ ਨਾਲ ਵੀ ਰਿਸੋਰਸਸ ਸੇਵ ਹੋਣਗੇ ਰਿਡਿਊਸ ਆਪਣੀਆਂ ਜ਼ਰੂਰਤਾਂ ਘੱਟ ਕਰੋ ਅਗਰ ਲੱਗਦਾ ਹੈ ਕਿ ਇੰਨੇ ਨਾਲ ਸਾਡੀ ਸਾਡਾ ਕੰਮ ਸੜ ਸਕਦਾ ਹੈ ਤਾਂ ਫालतू ਚੀਜ਼ਾਂ ਨਾ ਖਰੀਦੋ ਰੀਯੂਜ਼ بار بار ਰੀਯੂਜ਼ ਕਰੋ ਚੀਜ਼ ਨੂੰ ਨਵੀਂ ਚੀਜ਼ ਖਰੀਦਣ ਦੀ ਬਜਾਏ ਅੱਜਕਲ ਫੋਨ ਹੀ ਦੇਖ ਲੋ ਸਟੂਡੈਂਟਸ ਕੀ ਕਰਦੇ ਨੇ ਇੱਕ ਸਾਲ ਬਾਅਦ ਇੱਕ ਫੋਨ ਦੂਸਰੇ ਸਾਲ ਬਾਅਦ ਤੀਸਰਾ ਫੋਨ ਬਿਟੇ ਰਿਸੋਰਸਸ ਦੀ ਵਰਤੋਂ ਹੋ ਰਹੀ ਹੈ ਤੁਹਾਡੇ ਕੋਲ ਇੱਕ ਫੋਨ ਹੈ ਉਸ ਨੂੰ ਰੀਯੂਜ਼ ਕਰੋ ਠੀਕ ਹੈ ਰੀਫਾਰਮ ਸ਼ੇਪ ਚੇਂਜ ਕਰਕੇ ਅਗਰ ਕੋਈ ਚੀਜ਼ ਤੁਹਾਡਾ ਉਹਦੇ ਨਾਲ ਤੁਹਾਡਾ ਸਾਰ ਸਕਦਾ ਹੈ ਤਾਂ ਤੁਸੀਂ ਰੀਫਾਰਮ ਕਰਕੇ ਵੀ ਰਿਸੋਰਸ ਜਿਹੜੇ ਆਪਣਾ ਯੂਜ਼ ਕਰ ਸਕਦੇ ਹੋ ਸੋ ਇਹ 5 आर ਦਾ ਸਿਧਾਂਤ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ ਇਸੇ ਤਰ੍ਹਾਂ ਅਗਰ ਅਸੀਂ ਉਹਨਾਂ ਗੱਲ ਕਰੀਏ ਜੈਵਿਕ ਸਰੋਤ ਬਾਈ ਇਹ ਤਾਂ ਉਹਨਾਂ ਅਸੀਂ ਕਿਤੇ ਸੀ ਸਾਡੇ ਨੈਚੁਰਲ ਫਿਜ਼ੀਕਲ ਰਿਸੋਰਸਸ ਨੇ ਜਿਹੜੇ ਜੈਵਿਕ ਸਰੋਤ ਬਾਇਓਲੋਜੀਕਲ ਰਿਸੋਰਸ ਪਲਾਂਟਸ ਐਂਡ ਐਨੀਮਲਸ ਪਲਾਂਟਸ ਵੀ ਕੱਟਦੇ ਜਾ ਰਹੇ ਨੇ ਜੰਗਲਾਂ ਦੀ ਅੰਨੇ ਵਾਹ ਕਟਾਈ ਹੋ ਰਹੀ ਹੈ ਉੱਥੇ ਖੇਤੀਬਾੜੀ ਹੋ ਰਹੀ ਹੈ ਮਟੀਆਂ ਮਟੀਆਂ ਬਿਲਡਿੰਗਸ ਬਣ ਰਹੀਆਂ ਨੇ ਔਰ ਜੰਗਲ ਸਾਡੇ ਵਾਸਤੇ ਕਿੰਨੀ ਇੰਪੋਰਟੈਂਸ ਰੱਖਦੇ ਨੇ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਸੋ ਬਾਇਓਲੋਜੀਕਲ ਰਿਸੋਰਸਸ ਘਟ ਰਹੇ ਨੇ ਸੋ ਜੰਗਲਾਂ ਨੂੰ ਵੱਧ ਤੋਂ ਵੱਧ ਟ੍ਰੀਜ਼ ਉਗਾਉਣੇ ਚਾਹੀਦੇ ਨੇ ਸਾਨੂੰ ਰੀਫੋਰੈਸੇਸ਼ਨ ਇਸ ਦਾ ਬੈਸਟ ਮੈਥਡ ਟੂ ਗਰੋ ਮੋਰ ਐਂਡ ਮੋਰ ਟ੍ਰੀਜ਼ ਔਰ ਜੰਗਲਾਂ ਨੂੰ ਵਧਾਉਣ ਵਾਸਤੇ ਵੱਧ ਤੋਂ ਵੱਧ ਜੰਗਲ ਲਗਾਓ ਔਰ ਜੰਗਲ ਜਿੰਨੇ ਜ਼ਿਆਦਾ ਹੋਣਗੇ ਉਹਨਾਂ ਜਿਹੜਾ ਸਾਡਾ ਕੁਦਰਤੀ ਸੰਤੁਲਨ ਹੈ ਉਹ ਬਣਿਆ ਰਹੇਗਾ ਹੁਣ ਬੇਟੇ ਇੱਥੇ ਸਾਡਾ ਚੈਪਟਰ 1 ਜਿਹੜਾ ਉਹ ਕੰਪਲੀਟ ਹੁੰਦਾ ਹੈ ਹੁਣ ਤੁਸੀਂ ਦੇਖ ਰਹੇ ਹੋ ਬੈਕ ਐਕਸਰਸਾਈਜ਼ ਦੇ ਉੱਤੇ 6 ਨੇ ਜਿਹੜੇ ਉਹ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ ਔਰ 5 ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੇ ਔਰ 11 ਦੇ 11 ਜਿਹੜੇ ਕੁਐਸਚਨਸ ਨੇ ਇਹ ਇਸ ਲੈਕਚਰ ਦੇ ਵਿੱਚ ਇਹਨਾਂ ਦੇ ਆਨਸਰਸ ਨੇ ਜਿਹੜੇ ਤੁਸੀਂ ਆਈ ਹੋਪ ਅੱਛੀ ਤਰ੍ਹਾਂ ਸਮਝ ਲਏ ਹੋਣਗੇ ਅਗਰ ਕਿਸੇ ਵੀ ਕੁਐਸਚਨ ਵਿੱਚ ਤੁਹਾਨੂੰ ਡਾਊਟ ਲੱਗਦਾ ਹੈ ਤਾਂ ਤੁਸੀਂ ਦੁਬਾਰਾ ਲੈਕਚਰ ਨੂੰ ਸੁਨੋ ਔਰ ਆਪਣਾ ਉਹ ਆਨਸਰ ਜਿਹੜਾ ਨੋਟਬੁੱਕ ਦੇ ਉੱਤੇ ਨੋਟ ਕਰ this is all about chapter 1 biodiversity javik vipinta thank you